ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਨੋ ਸੀਜ਼ਨ ਬਦਲ ਰਿਹਾ ਹੈ ਅੱਜ ਥੋੜ੍ਹੀ ਇੱਥੇ ਠੰਡ ਹੈ ਬਟ ਡੈਫੀਨੇਟਲੀ ਬੜੀ ਸਾਰੀ ਉਮੀਦ ਬੜੀ ਸਾਰੀ ਖੁਸ਼ੀ ਲੈ ਕੇ ਆ ਰਿਹਾ ਹੈ ਕਿ ਸੀਜ਼ਨ ਬਦਲ ਰਿਹਾ ਹੈ ਥੋੜ੍ਹਾ ਠੰਡ ਘੱਟ ਜਾਣੀ ਹੈ ਐਂਡ ਸਪਰਿੰਗ ਇਜ਼ ਰਾਈਟ ਐਟ ਦ ਕੋਰਨਰ ਐਂਡ ਸਮ ਹਾਓ ਜਦੋਂ ਵੀ ਸੀਜ਼ਨ ਬਦਲਦਾ ਪਤਾ ਨਹੀਂ ਇੱਕ ਆਵਾਜ਼ ਹੀ ਆਉਣ ਲੱਗ ਜਾਂਦੀ ਹੈ ਕਿ ਡੀਕਲਟਰ ਕਰੋ ਆਰਗਨਾਈਜ਼ ਕਰੋ ਕੁਛ ਯੂ ਨੋ ਕੁਛ ਸਫਾਈ ਕਰੋ ਡੀਪ ਕਲੀਨਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਸੋ ਆਈ ਡੋਂਟ ਨੋ ਵੈਦਰ ਆਈ ਐਮ ਅਲੋਨ ਇਨ ਦਿਸ ਬਟ ਮੈਨੂੰ ਤਾਂ ਜ਼ਰੂਰ ਇਹ ਹੁੰਦਾ ਐਂਡ ਇਹ ਵੀ ਧਿਆਨ ਆ ਰਿਹਾ ਕਿ ਸਪੈਸ਼ਲੀ ਇਸ ਵਾਰੀ ਬਹੁਤ ਸਾਰੇ ਰੀਜ਼ਨਸ ਹੈ ਕਿ ਕਿਉਂ ਇੰਨਾ ਚਾਅ ਚੜਿਆ ਹੋਇਆ ਸਫਾਈ ਡੀਪ ਕਲੀਨਿੰਗ ਦਾ ਕਿ ਬਹੁਤ ਦੇਰ ਹੋ ਗਈ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਆਪ ਹੀ ਬੈਠੇ ਹਾਂ ਸੋ ਆਪਣੀ ਕਨਵੀਨੀਅੰਸ ਨਾਲ ਸਾਰਾ ਕੁਛ ਕੀਤਾ ਹੋਇਆ ਯੂ ਨੋ ਇੰਨਾ ਕੋਈ ਨਹੀਂ ਕਿ ਹਾਂ ਫਰੈਂਡਸ ਆ ਰਹੇ ਹੈ ਜਾਂ ਕੁਛ ਹੈ ਪਰ ਹੁਣ ਉਮੀਦ ਬਹੁਤ ਵੱਧ ਗਈ ਹੈ ਕਿ ਵੈਕਸੀਨਸ ਲੱਗ ਰਹੀਆਂ ਸਾਰਿਆਂ ਨੂੰ ਸੋ ਓਪਨ ਅਪ ਤਾਂ ਹੋਏਗਾ ਹੀ ਐਂਡ ਹੋਣਾ ਵੀ ਚਾਹੀਦਾ ਸੋ ਹੁਣ ਜਦਕਿ ਸਾਰਿਆਂ ਨੂੰ ਮਿਲਣਾ ਹੈ ਯੂ ਨੋ ਤਾਂ ਇੱਕ ਡਿਫਰੈਂਟ ਕਿ ਹਾਂ ਕਲੀਨਿੰਗ ਕਰਕੇ ਮਿਨੀਮਾਈਜ਼ ਕਰੋ ਜੋ ਜੋ ਚੀਜ਼ਾਂ ਯੂ ਨੋ ਬਹੁਤ ਜ਼ਿਆਦਾ ਦਿਖ ਰਹੀਆਂ ਨੇ ਜਾਂ ਗਾਹ ਪਿਆ ਹੋਇਆ ਮੈਨੂੰ ਲੱਗਦਾ ਇੱਕ ਐਨਰਜੀ ਦੀ ਫਲੋ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਚੀਜ਼ ਕਰੀਏ ਆਈ ਨੋ ਕਈ ਹੋਣੇ ਜ਼ਰੂਰ ਔਰ ਜਿਹੜੇ ਕਹਿੰਦੇ ਹੋਣੇ ਕਿ ਅਸੀਂ ਅਲੱਗ ਅਲੱਗ ਡੀਪ ਕਲੀਨਿੰਗ ਕਰਨ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ ਨਾਲ ਨਾਲ ਹੀ ਅਸੀਂ ਸਾਰਾ ਕੁਛ ਕਰਦੇ ਹਾਂ ਬਹੁਤ ਅੱਛੀ ਗੱਲ ਹੈ ਬਟ ਸਮ ਹਾਓ ਮੈਨੂੰ ਲੱਗਦਾ ਈਵਨ ਕਲੀਨਿੰਗ ਹੋ ਰਹੀ ਹੋਏ ਸਭ ਕੁਛ ਹੋ ਰਿਹਾ ਥੋੜ੍ਹਾ ਜਿਹਾ ਜਿਹੜਾ ਫਰਨੀਚਰ ਵੀ ਹੈ ਨਾ ਚੇਂਜ ਕਰ ਦਿਉ ਅਤੇ ਉਹਦੇ 'ਚ ਹੀ ਐਨਰਜੀ ਥੋੜ੍ਹੀ ਸਰਕੂਲੇਸ਼ਨ ਬੈਟਰ ਹੋ ਜਾਂਦੀ ਹੈ ਦੈਟਸ ਮਾਈ ਓਪੀਨੀਅਨ ਪਰ ਤੁਸੀਂ ਜ਼ਰੂਰ ਮੈਨੂੰ ਅੱਜ ਦੱਸਿਓ ਕਿਉਂਕਿ ਅੱਜ ਮੈਂ ਆਪਣੀ ਲਿਸਟ ਬਣਾਈ ਹੋਈ ਹੈ ਇੱਕ ਦੂਜੇ ਨੂੰ ਅਸੀਂ ਟਿਪਸ ਦੇ ਰਹੇ ਹਾਂ ਐਜ਼ ਵੈਲ ਐਜ਼ ਯਾਦ ਕਰਾ ਰਹੇ ਹਾਂ ਆਈ ਵੁੱਡ ਸੇ ਟਿਪਸ ਦੇਣ ਨਾਲੋਂ ਵੀ ਯਾਦ ਕਰਾ ਰਹੇ ਹਾਂ ਕਿ ਕੋਈ ਵੀ ਕੋਨਾ ਜਿਹੜਾ ਹੈ ਉਹ ਖਾਲੀ ਨਾ ਰਹਿ ਜਾਏ ਕੋਈ ਅਨਅਟੈਂਡਡ ਨਾ ਰਹਿ ਜਾਏ ਕੋਈ ਐਸਾ ਕੋਨਾ ਨਾ ਰਹਿ ਜਾਏ ਜਿੱਥੇ ਅਸੀਂ ਧਿਆਨ ਨਹੀਂ ਗਿਆ ਸੋ ਫਰੋਮ ਏ ਟੂ ਜ਼ੀ ਜੋ ਵੀ ਘਰ ਦੇ ਵਿੱਚ ਹੈਗਾ ਐਂਡ ਸਪੈਸ਼ਲੀ ਇਹਦੇ ਵਿੱਚ ਮੈਨੂੰ ਜ਼ਰੂਰ ਮੈਂ ਸਾਰਿਆਂ ਦੀ ਯੂ ਨੋ ਪਾਰਟੀਸੀਪੇਸ਼ਨ ਚਾਹੁੰਦੀ ਹਾਂ ਜਿਹਦੇ 'ਚ ਕਿ ਅਸੀਂ ਆਪਣਾ ਡੀਕਲਟਰ ਕਰਨਾ ਹੈ ਮਾਇੰਡ ਵੀ ਕਿਉਂਕਿ ਸਪੇਸ ਚਾਹੀਦੀ ਹੈ ਆਈ ਨੋ ਕਿ ਕੁਛ ਦੇਰ ਪਹਿਲੇ ਦਿਮਾਗ ਸਾਰਾ ਕੋਵਿਡ ਨੇ ਬਹੁਤ ਯੂ ਨੋ ਫੀਅਰ ਔਰ ਪੈਨਿਕ ਔਰ ਸਾਰਾ ਕੁਛ ਕੀਤਾ ਹੋਇਆ ਸੀ ਜਦੋਂ ਇੱਥੇ ਹੀ ਸਾਲ ਹੋ ਗਿਆ ਹੁਣ ਆਲਮੋਸਟ ਸੋ ਸਾਲ ਤੋਂ ਉੱਪਰ ਹੋ ਰਿਹਾ ਕਿ ਅਸੀਂ ਇਹ ਲੋਕਡਾਊਨ ਔਰ ਉਹਦੇ ਵਿੱਚੋਂ ਨਿਕਲ ਰਹੇ ਹਾਂ ਜਦੋਂ ਸ਼ੁਰੂਆਤ ਹੋਈ ਸੀ ਤਾਂ ਇੱਕ ਡਿਫਰੈਂਟ ਜੀ ਉਹ ਸੀ ਕਿ ਕੋਈ ਨਵੀਂ ਚੀਜ਼ ਲੈਣ ਦਾ ਯੂ ਨੋ ਧਿਆਨ ਨਹੀਂ ਜਾਂਦਾ ਸੀ ਇਹਨੂੰ ਲੱਗਦਾ ਸੀ ਕਿ ਬਸ ਸਭ ਠੀਕ ਰਹਿਣ ਖੁਸ਼ ਰਹਿਣ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਸੇਫ ਰਹਿਣ ਹੈਲਦੀ ਰਹਿਣ ਪਰ ਫਿਰ ਕੁਛ ਦੇਰ ਤੋਂ ਬਾਅਦ ਸ਼ਾਇਦ ਐਸੀ ਚੀਜ਼ ਹੈ ਕਿ ਉਹ ਯੂ ਨੋ ਕਿਉਂਕਿ ਔਨਲਾਈਨ ਗਰੋਸਰੀਜ਼ ਆ ਰਹੀਆਂ ਸੀ ਔਨਲਾਈਨ ਸਭ ਕੁਛ ਆ ਰਿਹਾ ਸੀ ਅਤੇ ਇੱਕ ਹੋਇਆ ਕਿ ਵਾਈ ਨੋਟ ਹੋਰ ਚੀਜ਼ਾਂ ਵੀ ਕਿਉਂ ਔਨਲਾਈਨ ਨਹੀਂ ਆ ਸਕਦੀ ਤਾਂ ਸਮ ਹਾਓ ਮੈਂ ਆਪਣਾ ਸ਼ੇਅਰ ਕਰ ਰਹੀ ਹਾਂ ਸਾਡੇ ਬਿਲਕੁਲ ਮਤਲਬ 6-8 ਮਹੀਨੇ ਤਾਂ ਬਿਲਕੁਲ ਕੋਈ ਪੈਕਟਸ ਨਹੀਂ ਹੈ ਉਸ ਤੋਂ ਬਾਅਦ ਪੈਕਟਸ ਆਉਣੇ ਉਹ ਸ਼ੁਰੂ ਹੋਏ ਐਂਡ ਲੱਗਦਾ ਸੀ ਕਿ ਦਰਵਾਜ਼ਾ ਖਟਕਿਆ ਹੋਰ ਕਿਸੇ ਨੇ ਤਾਂ ਆਉਣਾ ਨਹੀਂ ਬਸ ਐਮਾਜ਼ੋਨ ਪੈਕਟਸ ਸੋ ਐਵਰੀਬਡੀ ਆਲ ਦਾ ਮੈਂਬਰਸ ਆਫ ਦਾ ਹਾਊਸ ਕੁਛ ਨਾ ਕੁਛ ਕੋਈ ਇੱਕ ਚੀਜ਼ ਅਗਰ ਕਰ ਰਿਹਾ ਤਾਂ ਯੂ ਨੋ ਆਊਟ ਆਫ ਬੋਰਡਮ ਆਲਸੋ ਕਿ ਕੋਈ ਆਪਣੇ ਫੋਨ ਦੇ ਉੱਤੇ ਹੈ ਲੈਪਟੋਪ ਦੇ ਉੱਤੇ ਹੈ ਅਤੇ ਕੋਈ ਇੱਕ ਚੀਜ਼ ਚਾਹੀਦੀ ਹੈ ਉਹਨੂੰ ਦੇਖਣ ਲੱਗੇ ਹੋ ਅਤੇ ਕੋਈ ਹੋਰ ਪਸੰਦ ਆ ਗਈ ਚੀਜ਼ ਅਤੇ ਤੁਸੀਂ ਯੂ ਨੋ ਮੰਗਾ ਲੈਂਦੇ ਹੋ ਐਂਡ ਮੇਰੀ ਫਰੈਂਡਸ ਨੇ ਵੀ ਸ਼ੇਅਰ ਕੀਤਾ ਕਿ ਵਾਕਈ ਖੂਬ ਸਾਰੇ ਇਹ ਯੂ ਨੋ ਥੈਂਕਸ ਟੂ ਬਲੈਸਿੰਗ ਵੀ ਹੈ ਅਤੇ ਯੂ ਨੋ ਥੋੜ੍ਹੀ ਮੁਸ਼ਕਿਲ ਵੀ ਹੋ ਗਈ ਹੈ ਐਮਾਜ਼ੋਨ ਦੇ ਜਿਹੜੇ ਕਨਵੀਨੀਅੰਸ ਹੈਗੀ ਹੈ ਕਿ ਤੁਸੀਂ ਉੱਥੇ 'ਚੋਂ ਮੰਗਾਉਂਦੇ ਹੋ ਰਿਟਰਨ ਵੀ ਈਜ਼ੀ ਹੈ ਸੋ ਇੰਨਾ ਜ਼ਿਆਦਾ ਸਮਾਨ ਆਉਣ ਲੱਗ ਗਿਆ ਐਂਡ ਦੈਨ ਸਡਨਲੀ ਯੂ ਰਿਲਾਈਜ਼ ਕਿ ਉਹ ਤਾਂ ਬਹੁਤ ਜ਼ਿਆਦਾ ਹੋ ਗਿਆ ਸੋ ਪਲੀਜ਼ ਜ਼ਰੂਰ ਦੱਸੋ ਕਿ ਅਸੀਂ ਐਨਰਜੀ ਫਲੋ ਵਾਸਤੇ ਆਪਣੀ ਸਪੇਸ ਕਿਵੇਂ ਕਲੀਅਰ ਕਰਨੀ ਹੈ ਭਾਵੇਂ ਉਹ ਮੈਂਟਲ ਸਪੇਸ ਹੈ ਭਾਵੇਂ ਉਹ ਫਿਜ਼ੀਕਲ ਸਪੇਸ ਹੈ ਸਪੇਸ ਅਰਾਊਂਡ ਅਸ ਜਿਹੜੀ ਸਾਡੇ ਇਰਦ ਗਿਰਦ ਜਗ੍ਹਾ ਹੈ ਉਹ ਸਾਡੀ ਸੋਲ ਸਾਡੀ ਰੂਹ ਵੀ ਖੁਸ਼ ਰਹਿੰਦੀ ਹੈ ਜਦੋਂ ਸਾਡੇ ਨੇੜੇ ਤੇੜੇ ਗਾਹ ਨਹੀਂ ਹੁੰਦਾ ਘੱਟ ਚੀਜ਼ਾਂ ਹੁੰਦੀਆਂ ਪਰ ਸਮਹਾਓ ਅਸੀਂ ਇਕੱਠੀਆਂ ਕਰ ਲੈਂਦੇ ਹਾਂ ਸੋ ਦਿਸ ਇਜ਼ ਦਾ ਟਾਈਮ ਕਿ ਭਾਵੇਂ ਤੁਸੀਂ ਯੂ ਨੋ ਜੋ ਨਹੀਂ ਪਸੰਦ ਆ ਰਿਹਾ ਜੋ ਨਹੀਂ ਪਾਇਆ ਜਾ ਰਿਹਾ ਉਹ ਕਿਸੇ ਨੂੰ ਦੇ ਰਹੇ ਹੋ ਭਾਵੇਂ ਟ੍ਰੈਸ਼ ਕਰ ਰਹੇ ਹੋ ਜਾਂ ਫਿਰ ਰੀਸਾਈਕਲ ਕਰ ਰਹੇ ਹੋ ਯੂ ਨੋ ਕੋਈ ਕਿਸੇ ਨੂੰ ਬੜਾ ਅੱਛਾ ਮੇਰੀ ਇੱਕ ਫਰੈਂਡ ਹੈ ਉਹ ਕਈ ਵਾਰੀ ਆਪਣੀ ਫੇਸਬੁੱਕ 'ਤੇ ਹੀ ਪਾ ਦਿੰਦੀ ਹੈ ਕਿ ਆਈ ਹੈਵ ਦਿਸ ਯੂ ਨੋ ਇਟਸ ਇਨ ਅ ਵੈਰੀ ਗੁੱਡ ਕੰਡੀਸ਼ਨ
ਮੇਰੀ ਇਹਦੇ ਤੇ ਬਸ ਹੋ ਗਈ ਹੈ ਐਨੀਬਡੀ ਵਾਂਟਸ ਇਟ ਤੇ ਲੈ ਸਕਦਾ ਸੋ ਇਸ ਤਰ੍ਹਾਂ ਨਾਲ ਕਿ ਰੀਸਰਕੂਲੇਟ ਜਦੋਂ ਕਿ ਹੋ ਸਕਦਾ ਕਿ ਸਾਡੀ ਉਹਦੀ ਜ਼ਰੂਰਤ ਖਤਮ ਹੋ ਗਈ ਹੈ ਕਿਸੇ ਹੋਰ ਦੀ ਜ਼ਰੂਰਤ ਹੋਏ ਸੋ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜ਼ਰੂਰ ਕਾਲ ਕਰੋ ਮੇਰੇ ਨਾਲ ਗੱਲ ਕਰੋ ਤਾਂ ਕਿ ਅਸੀਂ ਰਾਈਟ ਨਾਓ ਜਿਵੇਂ ਮੈਂ ਲਿਸਟ ਬਣਾਈ ਹੋਈ ਹੈ ਕਿ ਕਿਹੜੇ ਚੀਜ਼ਾਂ ਹੈ ਜਿਹੜੀਆਂ ਕਿ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਇੱਕ ਚੀਜ਼ ਜੋ ਮੈਂ ਸਿੱਖੀ ਹੈ ਕਿ ਕਈ ਵਾਰੀ ਮੈਂ ਬਹੁਤ ਐਨਥੂਜ਼ੀਆਜ਼ਮ 'ਚ ਓਵਰ ਦਾ ਲਾਸਟ ਫਿਊ ਈਅਰਸ ਐਨਥੂਜ਼ੀਆਜ਼ਮ 'ਚ ਮੈਂ ਸਾਰਾ ਕੁਝ ਸ਼ੁਰੂ ਕਰ ਲਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ ਉਹਦੇ 'ਚ ਸੋ ਮੇਰਾ ਪੁਆਇੰਟ ਆਫ ਵਿਊ ਤਾਂ ਇਹ ਹੈ ਕਿ ਗੋ ਸਲੋ ਇੱਕ ਕਮਰਾ ਕਰ ਲਓ ਕਲੋਜ਼ਟ ਕਰ ਲਓ ਪਰ ਓਵਰ ਸਮ ਟਾਈਮ ਕਰੋ ਰਾਦਰ ਦੈਨ ਕਿ ਇੱਕ ਦਿਨ ਸਾਰਾ ਕੁਝ ਬਾਹਰ ਕੱਢ ਲਿਆ ਔਰ ਫਿਰ ਸਾਰੇ ਪਾਸੇ ਦੇਖ ਰਹੇ ਕਿ ਕਿੱਥੋਂ ਦੀ ਸ਼ੁਰੂ ਕਰੀਏ ਸੋ ਗੋ ਸਲੋ ਗੋ ਵਨ ਐਟ ਅ ਟਾਈਮ ਤੁਹਾਡੀ ਕੀ ਟਿਪ ਹੋਏਗੀ ਜ਼ਰੂਰ ਕਾਲ ਕਰਕੇ ਦੱਸੋ ਐਂਡ ਇਹ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਵਾਲੀ ਜਿਹੜੀ ਫਿਜ਼ੀਕਲ ਐਨਰਜੀ ਹੈ ਅਸੀਂ ਕਹਿੰਦੇ ਨਾ ਮੈਂਟਲ ਐਨਰਜੀ ਨੂੰ ਅਸੀਂ ਫਲੋ ਕਰਨ ਦਈਏ ਔਰ ਮੈਂਟਲ ਡੀਕਲਟਰਿੰਗ ਵੀ ਕਰਨੀ ਹੈ ਉਹ ਵੀ ਕਿਵੇਂ ਕਰਨੀ ਹੈ ਪਰ ਸਮ ਹਾਓ ਦੇ ਆਰ ਸੋ ਇੰਟਰ ਰਿਲੇਟਡ ਕਿਸ ਤਰ੍ਹਾਂ ਉਹ ਇੰਟਰ ਰਿਲੇਟਡ ਨੇ ਇਹਦੀ ਵੀ ਗੱਲ ਕਰਾਂਗੇ ਸੋ ਡੈਫੀਨੇਟਲੀ ਜ਼ਰੂਰ ਕਾਲ ਕਰੋ ਆਪਣੀ ਰਾਏ ਦਿਓ ਔਰ ਤੁਸੀਂ ਆਪਣੀ ਜਿਹੜਾ ਲਿਸਟ ਵੀ ਸ਼ੇਅਰ ਕਰੋ ਤਾਂ ਕਿ ਅਲਟੀਮੇਟਲੀ ਸਾਡੇ ਕੋਲ ਇੱਕ ਹਿਊਜ ਲਿਸਟ ਹੋਏ ਜਿਹਦੇ 'ਚ ਕੋਈ ਵੀ ਕੋਨਾ ਜਿਹੜਾ ਹੈ ਕਿ ਅਨਅਟੈਂਡਡ ਨਾ ਰਹਿ ਜਾਏ ਤੁਸੀਂ ਸੋਚ ਕੇ ਰੱਖੋ ਲਿਸਟ ਵੀ ਤਿਆਰ ਕਰ ਲਓ ਐਂਡ ਕਾਲ ਕਰਕੇ ਰੱਖੋ ਬ੍ਰੇਕ ਦੇ ਵਿੱਚ ਯੂ ਨੋ ਡੂ ਕਾਲ ਲਸ ਮੈਂ ਇੰਨੀ ਦੇਰ ਕਰਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੀ ਹਾਂ ਅਤੇ ਵਾਪਸ ਹਾਜ਼ਰ ਹੁੰਦੀ ਹਾਂ ਸਾਰਿਆਂ ਦਾ ਫਿਰ ਸਵਾਗਤ ਹੈ ਅੱਜ ਅਸੀਂ ਕਰਨ ਲੱਗੇ ਹਾਂ ਡੀ ਕਲਟਰਿੰਗ ਡੀ ਚੰਕ ਸਟ੍ਰੇਟਨ ਅਪ ਸਾਰਾ ਥੋੜ੍ਹੀ ਐਨਰਜੀ ਫਲੋ ਦੇ ਵਾਸਤੇ ਐਂਡ ਯੂ ਨੋ ਸਪੇਸ ਦੀ ਜ਼ਰੂਰੀ ਹੈ ਕਿਉਂਕਿ ਬਾਡੀ ਮਾਇੰਡ ਸੋਲ ਸਾਰਾ ਕੁਛ ਉਹਦੇ ਨਾਲ ਇੰਪੈਕਟ ਹੁੰਦਾ ਹੈ ਸਭ ਕੁਛ ਸੋ ਬੜਾ ਕਲੀਅਰ ਜਿਹਾ ਹੈਗਾ ਕਿ ਤੁਸੀਂ ਸਾਰੇ ਇੱਥੇ ਟੇਬਲ ਦੇ ਉੱਤੇ ਹੀ ਮੇਰੇ ਅਗਰ ਬਹੁਤ ਸਮਾਨ ਪਿਆ ਹੋਏ ਤਾਂ ਮੇਰੀ ਕਿਸ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਉਹ ਦੱਬੀ ਹੁੰਦੀ ਹੈ ਐਨਰਜੀ ਐਂਡ ਦੈਨ ਅਗਰ ਕਲੀਅਰ ਕਰ ਦਿਉ ਤਾਂ ਕਿਸ ਤਰ੍ਹਾਂ ਯੂ ਨੋ ਯੂ ਫੀਲ ਫਰੈਸ਼ ਈਵਨ ਇਫ ਦੇ ਆਰ ਨੋਟ ਫਲਾਵਰਸ ਅਰਾਊਂਡ ਇਟ ਯੂ ਫੀਲ ਲਾਈਕ ਓ ਇੱਕ ਲਾਈਟਨੈਸ ਫੀਲ ਹੁੰਦੀ ਹੈ ਸੋ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫੋਰ ਕਾਲਿੰਗ ਹਰਮਿੰਦਰ ਜੀ ਦੱਸੋ ਹਾਂਜੀ ਮੈਂ ਤੇ ਕਹਾਂਗੀ ਮੈਂ ਤੇ ਬਾਈ ਐਨੀ ਚਾਂਸ ਇਹ ਤੇਰਾ ਟੌਪਿਕ ਆ ਗਿਆ ਮੈਂ ਕੱਲ ਬਾਥਰੂਮ ਦੇ ਜਿਹੜੇ ਸਿੰਕ ਦੇ ਅੰਦਰ ਡਰਾਇਰ ਹੁੰਦੇ ਨਾ ਨੀਚੇ ਉਹ ਸਾਫ਼ ਕੀਤਾ ਤੇ ਉਹ ਅਸੀਂ ਇੰਨੀਆਂ ਚੀਜ਼ਾਂ ਵਿੱਚ ਰੱਖ ਦਿੰਦੇ ਹਾਂ ਯਾਦ ਵੀ ਨਹੀਂ ਹੁੰਦਾ ਉੱਥੇ ਕੀ ਕੀ ਪਿਆ ਹੋਇਆ ਬਿਲਕੁਲ ਹਾਂਜੀ ਉਹ ਕਿੰਨੀਆਂ ਚੀਜ਼ਾਂ ਜਿਹੜੀਆਂ ਨਹੀਂ ਯੂਜ਼ ਹੋਣ ਵਾਲੀਆਂ ਕੱਢੀਆਂ ਕੱਢ ਕੇ ਸਾਫ਼ ਕੀਤੀਆਂ ਕੱਲ ਮੈਂ ਬਾਥਰੂਮ ਦੇ ਸਾਫ਼ ਕੀਤਾ ਉਹ ਡਰਾਇਰ ਜਿਹਦੇ ਵਿੱਚ ਸੂਈਆਂ ਪਿੰਨ ਉਹ ਸਾਰੀਆਂ ਚੀਜ਼ਾਂ ਪਾ ਦਿੰਦੇ ਆ ਉਹ ਸਾਰੀਆਂ ਫੈਲੀਆਂ ਹੋਈਆਂ ਸੀ ਉਹਨੂੰ ਠੀਕ ਕੀਤਾ ਮੈਂ ਉਹ ਕਹਿ ਰਹੀ ਹਾਂ ਕਿ ਘਰ ਸਾਰਾ ਇਕਦਮ ਨਹੀਂ ਹੁੰਦਾ ਇੱਕ ਇੱਕ ਕੋਨਾ ਕੱਲ ਜਿਸ ਤਰ੍ਹਾਂ ਬਾਥਰੂਮ ਕੀਤਾ ਅੱਜ ਮੈਂ ਕੁਛ ਨਹੀਂ ਕੀਤਾ ਕੱਲ ਮੈਂ ਸੋਚ ਰਹੀ ਸੀ ਕਿ ਕਿਚਨ ਦੇ ਜਿਹੜੇ ਹੈਗੇ ਨੇ ਡਰਾਇਰ ਉਹ ਕਟਲਰੀ ਵਾਲੇ ਉਹ ਕਰਾਂਗੇ ਮਤਲਬ ਸਟ੍ਰੈਸ ਨਹੀਂ ਪਾਈਏ ਕਿਉਂਕਿ ਆ ਗਿਆ ਸੀਜ਼ਨ ਚੇਂਜ ਹੋ ਰਿਹਾ ਥੋੜੀ ਕਰੋਕਰੀ ਵੀ ਚੇਂਜ ਕਰ ਲਈਏ ਫੁੱਲਾਂ ਵਾਲੀ ਕੱਢ ਲਈਏ ਤੇ ਮੈਂ ਤੇ ਇੰਝ ਕਰਦੀ ਹਾਂ ਤੇ ਬਾਕੀ ਰਹੀ ਗੱਲ ਮੈਂ ਕਹਿੰਦੀ ਹਾਂ ਜੇ ਸਾਡਾ ਘਰ ਸਾਫ਼ ਹੋਏਗਾ ਤੇ ਸਾਡਾ ਮਾਇੰਡ ਵੀ ਸਾਫ਼ ਹੋਏਗਾ ਮੈਂ ਥੋੜੀ ਇੱਥੇ ਮਾਇੰਡ ਦੀ ਕਲਟਰਿੰਗ ਤੇ ਜ਼ਿਆਦਾ ਗੱਲ ਕਰਾਂਗੀ ਕਿਉਂਕਿ ਅਸੀਂ ਕੁਛ ਐਸੇ ਖਿਆਲ ਨੇ ਜੋ ਅਸੀਂ ਦਿਮਾਗ ਵਿੱਚ ਦਬਾਈ ਰੱਖਦੇ ਹਾਂ ਕੱਢਦੇ ਨਹੀਂ ਆ ਜਿਹਦੇ ਨਾਲ ਸਾਨੂੰ ਮਨ ਦੀ ਖੁਸ਼ੀ ਨਹੀਂ ਮਿਲਦੀ ਅਸੀਂ ਉਹ ਕੱਢ ਕੇ ਪਾਸਟ ਭੁੱਲ ਕੇ ਫਿਊਚਰ ਵਿੱਚ ਚਲੀਏ ਜਾਂ ਪ੍ਰੈਜੈਂਟ ਵਿੱਚ ਚਲੀਏ ਤੇ ਉਹ ਜ਼ਿਆਦਾ ਬੈਟਰ ਹੈ ਕਿ ਮਨ ਵਿੱਚੋਂ ਜਿਹੜੇ ਖਿਆਲ ਨੇ ਨਾ ਉਹ ਗੀਆਂ ਗੱਲਾਂ ਖਤਮ ਕਰੀਏ ਉਹਨਾਂ ਨੂੰ ਲੰਬੀਆਂ ਨਾ ਕਰੀਏ ਮੈਂ ਦੇਖਿਆ ਕਈਆਂ ਨੂੰ ਲੰਬੀਆਂ ਰੱਖਦੇ ਨੇ ਸਟੋਰ ਕਰ ਰੱਖਦੇ ਨੇ ਦਿਮਾਗ ਵਿੱਚ ਉਹ ਫਿਰ ਜਿਹੜਾ ਸਾਡਾ ਦਿਮਾਗ ਸਾਫ਼ ਨਹੀਂ ਹੋਏਗਾ ਤੇ ਫਿਰ ਉਹ ਸਿਹਤ ਵੀ ਠੀਕ ਨਹੀਂ ਰਹਿੰਦੀ ਸੋ ਮਾਇੰਡ ਦੀ ਕਲਟਰਿੰਗ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਮੈਂ ਕਹਾਂਗੀ ਥੋੜ੍ਹੀ ਜਿਹੀ ਮੈਡੀਟੇਸ਼ਨ ਕਰੀਏ ਬ੍ਰੈਥ ਤੇ ਅਸੀਂ ਥੋੜਾ ਜਿਹਾ ਫੋਕਸ ਕਰੀਏ ਤੇ ਇਹ ਵੀ ਠੀਕ ਹੋ ਜਾਂਦਾ ਬਹੁਤ ਵਧੀਆ ਹਰਮਿੰਦਰ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਾਇੰਡ ਤੇ ਮਾਇੰਡ ਦੇ ਉੱਤੇ ਆਈ ਥਿੰਕ ਫੋਰਗਿਵਨੈਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੜੀ ਸਾਡੀ ਗੱਲਾਂ ਕਰਕੇ ਅਸੀਂ ਉਹਨੂੰ ਉਹ ਰੱਖਿਆ ਹੋਇਆ ਵੀ ਇੰਝ ਕੀਤਾ ਸੀ ਫਲਾਣੇ ਨੇ ਮੈਨੂੰ ਇੰਝ ਕੀਤਾ ਸੀ ਭੁੱਲਦੇ ਨਹੀਂ ਆ ਭੁੱਲਦੇ ਨਹੀਂ ਆ ਯਾ ਵੀ ਐਂਡ ਅਸੀਂ ਬੜੀ ਵਾਰੀ ਗੱਲ ਕੀਤੀ ਹੈ ਕਿ ਭੁੱਲੋ ਨਾ ਬੇਸ਼ੱਕ ਪਰ ਮਾਫ ਕਰ ਦੋ ਬਿਕੋਜ਼ ਉਹ ਆਈ ਮੀਨ ਅੱਗੇ ਵੱਡਾ ਨਾ ਕਰੀਏ ਗੱਲਾਂ ਮੇਰਾ ਇਹ ਮਤਲਬ ਸੀ ਨਾ ਭੁੱਲੋ ਪਰ ਵੈਸੇ ਤੇ ਮੈਂ ਕਹਿੰਦੀ ਹਾਂ ਛੱਡੋ ਕੀ ਲੈਣਾ ਦੇਣਾ ਖਤਮ ਕਰੋ ਗੱਲਾਂ ਕੋਈ ਲੰਬੀਆਂ ਨਾ ਕਰੋ ਸੋ
आप ही खुश रहो, दूजिया ने भी खुश रखो। एक परिवार है, फ्रेंड सर्कल है, छोटिया मोटिया गल्लां ते हुंदियां रहिंदियां ने, छोड़ो ना, लंबा ना करो बस। हां जी बिल्कुल, लाइफ इज टू एंजॉय, सो थैंक यू सो मच। और कुछ होर भी ध्यान आए हरविंदर जी जरूर यू नो दस्यो, कि जिस तरह हरविंदर जी किचन बाथरूम की गल कर रहे हैं, बड़ी बारी ये गल हुई है कि बाथरूम के इन्नियां चीज़ां कट्ठियां हो जांदियां ते एक जड़ी के यू नो मैरी कंडो बहुत सिनोनिम हो गया वर्ड ऑर्गेनाइज दे नाल, कि उन्हां दे वीडियोज़ आते हैं कि किस तरह ऑर्गेनाइज करो, किवें डीक्लटर करो। खास तौर पर वो कहते हैं कि तीन चार प्रोडक्ट्स असी लगाते हैं पर लै कई बार बड़े रहिंदे आ, ते एक उहदा टिप जिहड़ा है कि अच्छियां चीज़ां लो, मतलब महंगियां या यू नो जिहड़ियां बिल्कुल सूट करदियां ओह लो, पूरी खत्म होए दूजी लो। पर असीं कई वारी वैसे ही लालच विच कि इह वी चीज़ है, इह वी चीज़ है, होर कुछ नहीं है, स्टेन रिमूवर ही चार पंज होणगे, या यू नो स्क्रबर्स हैं तो वह ये भी अच्छा लग रहा है, बड़ियां सारियां चीज़ां असीं लै लांगे। सो वह जिहड़ा है वह ज़्यादा क्लटर इकट्ठा हुंदा है। सो एक टिप ये भी है कि फ्यूअर चीज़ां लो, वधिया वालियां लो, ताकि तुहानू ध्यान है कि यह पई है, हुण यह खत्म हुई है, हुण दूजी लैणी। सो होर पुछते हैं की कह रहे ने। हेलो, हाँ जी सत श्री अकाल। सत श्री अकाल अरविंद जी, स्वागत है। बरिंदर जी की कहंदे हो? हाँ, इट्स अ वेरी नाइस टॉपिक फॉर अ सीजन ओपनर। जी जी जी, दे गल ये कि देखो ये एक वक्त आता है जदों के तुहानू गर्मी दी सारी चीज़ां अंदर कर दियां पैनियां और समर दियां लाइट वूलन क्लोथ तुहानू बाहर कढ़ने पैंदे ने जी, ते अच्छी चीज है। और इस दौरान दे विच तुहानू क्लटर तुहाडा काफी घट जांदा, किन्नी भी तुसीं सफाई करो क्लटर फिर अकुमुलेट हो ही जांदा। राइट, ते गल ये है कि मेरी वाइफ बड़ी फ्रीक है सफाई दी। अच्छा, जिथे भी कोई जड़ी चीज पई हो तीन महीने तो ज्यादा जड़ी इस्तेमाल ना हो कहती है यूटिलिटी नहीं हैगी ते इनू कट दो। बड़ी अच्छी गल है, ते मुसीबत मनो आ जांदी है, मैं घर दी हर लुकर च छुपदा रहना क्योंकि तुसी तो 3 महीने तो ज्यादा देर दे उत्थे रह रहे हो। देखो जी, मैं तो फिर बचाना पड़ेगा ना, मैं तो बैठा रहना काम कुम करदा नहीं, मेरी यूटिलिटी है नहीं, फिर वो हाथ आ गया तो उन्होंने चुक के बाहर मारना। सही है। सो माइंड डीक्लटरिंग वास्ते की राय दोगे वृंदा जी? देखो जी, पहली चीज है कि घर दे चे लोग सानू जनरली मैं दसदा लोगों की आदत है कि चीजा एक्यूमुलेट कर लेने हैं जरूरत तो ज्यादा। तुसी चीजा फर्नीचर वगैरह भी रखना है, फैंसी फर्नीचर रखना है, मॉडल का रखना है, रखो, शौक पूरा करो, लेकिन ਘਰ ਦੇ ਵਿੱਚ ਇੰਨੀ ਸਪੇਸ ਰੱਖੋ ਕਿ ਮੂਵਿੰਗ ਅਰਾਊਂਡ ਲਈ ਔਰ ਬੈਠਣ ਲਈ ਤੁਹਾਡੇ ਕੋਲ ਕੰਫਰਟੇਬਲ ਸਪੇਸ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਤੁਸੀਂ ਫਰਨੀਚਰ ਇੰਨਾ ਭਰ ਲਿਆ ਰੂਮ ਦੇ ਵਿੱਚ ਕਿ ਤੁਹਾਨੂੰ ਵੈਕਿਊਮ ਕਰਨ 'ਚ ਦਿੱਕਤ ਹੋਵੇ। ਜੀ ਬਿਲਕੁਲ, ਉਹ ਨਹੀਂ ਹੋਣਾ ਚਾਹੀਦਾ। ਦੇਰ ਸ਼ੁੱਡ ਬੀ ਅ ਸਪੇਸ ਬਿਟਵੀਨ, ਅਤੇ ਇਹ ਸੀਜ਼ਨ ਵੀ ਬਦਲਦੇ ਨੇ, ਸਾਨੂੰ ਚੀਜ਼ਾਂ ਵੀ ਬਦਲਣੀਆਂ ਚਾਹੀਦੀਆਂ। ਔਰ ਵਾਕਈ ਜਿਹੜੀ ਚੀਜ਼ ਤੁਸੀਂ 6 ਮਹੀਨੇ ਤੋਂ ਹਿਲਾਈ ਨਹੀਂ, ਯੂ ਰੀਅਲੀ ਡੋਂਟ ਨੀਡ ਇਟ, ਸੋ ਇਟ ਇਜ਼ ਬੈਟਰ ਕਿ ਉਹਨੂੰ ਹੌਲੀ ਹੌਲੀ ਕੱਢੋਗੇ, ਕਲਟਰ ਆਪਣੇ ਆਪ ਕਲੀਨ ਹੋ ਜਾਏਗਾ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਤੁਸੀਂ ਸਪੇਸ ਦੇ ਬਾਰੇ ਦੱਸ ਰਹੇ ਹੋ ਬਰਿੰਦਰ ਜੀ, ਕਿ ਯੂ ਨੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਡੀਕਲਟਰ ਕਰੀਏ, ਨਹੀਂ ਤਾਂ ਅਕਿਊਮੁਲੇਟ ਹੋ ਹੀ ਜਾਂਦੇ ਆ। ਮੈਨੂੰ ਕਈ ਵਾਰੀ ਗਿਲਟੀ ਫੀਲਿੰਗ ਸੀ ਸ਼ਾਇਦ ਮੈਂ ਹੀ ਕਰਦੀ ਹਾਂ, ਬਟ ਆਈ ਥਿੰਕ ਹੋ ਜਾਂਦੇ ਆ ਨਾਓ, ਆਈਵ ਸਟਾਰਟਿਡ ਲਾਈਕ ਕਿ ਇਹ ਹੋਣਾ ਹੀ ਹੈ ਥੋੜ੍ਹਾ ਜਿਹਾ ਟਾਈਮ ਤੋਂ ਬਾਅਦ, ਜਿਸ ਤਰ੍ਹਾਂ ਇੱਕ ਮੈਨੂੰ ਆਵਾਜ਼ ਜਿਵੇਂ ਕਹਿੰਦੇ ਆ ਨਾ ਸੀਜ਼ਨ ਚੇਂਜ ਦੀ, ਦੈਟਸ ਐਗਜੈਕਟਲੀ ਵਟ ਆਈ ਡੂ। ਬਟ ਮਾਈਂਡ ਵਾਸਤੇ ਤੁਸੀਂ ਕੀ ਸੁਜੈਸਟ ਕਰੋਗੇ ਸਾਰਿਆਂ ਨੂੰ ਕਿ ਉਹਦੀ ਡੀਕਲਟਰਿੰਗ ਨਾਲ ਨਾਲ ਵੀ ਚਾਹੀਦੀ ਹੈ? ਮਾਈਂਡ ਦੀ ਡੀਕਲਟਰਿੰਗ ਇਹ ਹੋਣੀ ਚਾਹੀਦੀ ਕਿ ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਨਹੀਂ, ਜਿਸ ਦਾ ਤੁਸੀਂ ਸੋਲੂਸ਼ਨ ਨਹੀਂ ਕੱਢ ਸਕਦੇ, ਡੋਂਟ ਵਰੀ, ਲੈਟ ਇਟ ਗੋ। ਦੇਖੋ ਦੁਨੀਆਂ 'ਚ ਬਹੁਤ ਚੀਜ਼ਾਂ ਹੁੰਦੀਆਂ ਹੈ ਜਿਹੜੀਆਂ ਮੇਰੇ ਸੁਭਾਅ ਦੇ ਮੁਤਾਬਿਕ ਠੀਕ ਨਹੀਂ ਲੱਗਦੀਆਂ ਮੈਨੂੰ, ਅਗਰ ਮੈਂ ਉਹ ਠੀਕ ਨਹੀਂ ਕਰ ਸਕਦਾ, ਲੋਕਾਂ 'ਤੇ ਪ੍ਰਭਾਵ ਨਹੀਂ ਪਾ ਸਕਦਾ, ਐਂਡ ਇਫ ਆਈ ਕੈਨ ਨਾਟ ਬੀ ਇਫੈਕਟਿਵ ਕਿ ਮੈਂ ਕਿਸੇ ਚੀਜ਼ ਨੂੰ ਚੇਂਜ ਕਰਾਂ, ਵਾਈ ਸ਼ੁੱਡ ਆਈ ਬੋਦਰ।
ਚੱਲਣ ਦਿਓ, ਦੁਨੀਆ ਜਿਸ ਤਰ੍ਹਾਂ ਚੱਲਦੀ ਹੈ ਚੱਲਣ ਦਿਓ, ਤੁਹਾਨੂੰ ਕੀ ਫਰਕ ਪੈਂਦਾ ਬਈ? ਬਿਲਕੁਲ, ਪਕੜ ਕੇ ਰੱਖਣ ਨਾਲ ਕੋਈ ਫਾਇਦਾ ਨਹੀਂ, ਦੈਟਸ ਟਰੂ। ਪਕੜ ਕੇ ਨਾ ਰੱਖੋ, ਤੁਹਾਡੇ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਹੋ ਜਾਂਦੇ ਹੋ, ਤੁਸੀਂ ਫਿਰ ਆਪਣੀ ਬੇਬਸੀ ਤੇ ਮਾਯੂਸ ਹੋ ਜਾਂਦੇ ਹੋ। ਇਹ ਨਹੀਂ ਹੋਣਾ ਚਾਹੀਦਾ, ਦੈਟ ਇਫੈਕਟਸ ਯੋਰ ਮੈਂਟਲ ਸੈਟਅਪ ਆਲਸੋ। ਬਿਲਕੁਲ, ਤੁਸੀਂ ਸਮਝਦੇ ਹੋ ਕਿ ਮੇਰੇ 'ਚ ਖਾਮੀਆਂ, ਤੁਹਾਡੇ 'ਚ ਕੋਈ ਖਾਮੀ ਨਹੀਂ ਹੈ, ਪਰ ਜਿਹੜੀ ਚੀਜ਼ ਤੁਹਾਡੇ ਬਸ ਦੇ ਵਿੱਚ ਨਹੀਂ ਹੈ, ਲੈਟ ਇਟ ਗੋ। ਬਹੁਤ ਵਧੀਆ, ਥੈਂਕ ਯੂ ਸੋ ਮਚ ਬਰਿੰਦਰ ਜੀ। ਹੋਰ ਵੀ ਕੁਛ ਧਿਆਨ ਆਏ ਤਾਂ ਜ਼ਰੂਰ ਦੱਸਣਾ। ਔਰ ਜਿਸ ਤਰ੍ਹਾਂ ਬਰਿੰਦਰ ਜੀ ਨੇ ਕਿਹਾ ਹੈ ਕਿ ਯੂ ਨੋ ਫਰਨੀਚਰ ਉੱਨਾ ਹੋਣਾ ਚਾਹੀਦਾ ਹੈ, ਸਪੇਸ ਦੀ ਗੱਲ ਕਰੀਏ, ਫਿਜ਼ੀਕਲ ਸਪੇਸ ਦੀ, ਕਿ ਫਰਨੀਚਰ ਸਾਨੂੰ ਯੂ ਨੋ ਫਾਇਦਾ ਦਿੰਦਾ ਕਿ ਅਸੀਂ ਉਹਨੂੰ ਯੂਜ਼ ਕਰਦੇ ਹਾਂ, ਯੂ ਨੋ ਇਸਤੇਮਾਲ ਕਰਦੇ ਹਾਂ, ਬਟ ਲਿਵੇਬਲ ਕੀ ਕਰਦਾ? ਐਮ ਟੀ ਸਪੇਸ ਜਿਹੜੀ ਇਨ ਬਿਟਵੀਨ ਫਰਨੀਚਰਸ ਹੁੰਦੀ ਹੈ, ਦੈਟ ਮੇਕਸ ਅਸ ਲਿਵ ਬੈਟਰ। ਸੋ ਕੁਰਸੀਆਂ, ਟੇਬਲ, ਕਾਊਚਿਸ ਚਾਹੀਦੇ ਹੈ ਬੈਠਣ ਵਾਸਤੇ, ਬਟ ਮੂਵ ਅਰਾਊਂਡ ਕਰਨ ਵਾਸਤੇ, ਟੂ ਫੀਲ ਗੁੱਡ ਕਿ ਐਨਰਜੀ ਫਲੋ ਹੋ ਰਹੀ ਹੈ ਘਰ ਦੇ ਵਿੱਚ। ਜਿੰਨਾ ਮਰਜ਼ੀ ਛੋਟਾ, ਜਿੰਨਾ ਮਰਜ਼ੀ ਵੱਡਾ ਕਮਰਾ ਜਾਂ ਘਰ ਹੋਏ, ਯੂ ਕੈਨ ਡੈਫੀਨੇਟਲੀ ਲੀਵ ਅ ਲੋਟ ਆਫ ਸਪੇਸ ਜਿਹਦੇ ਵਿੱਚ ਤੁਹਾਡੀ ਯੂ ਨੋ ਐਨਰਜੀ ਨਾ ਰੁਕੇ, ਬਲੋਕ ਨਾ ਹੋਏ। ਐਂਡ ਸੇਮ ਇਜ਼ ਵਿਦ ਜਿਸ ਤਰ੍ਹਾਂ ਮਾਇੰਡ ਦੀ ਗੱਲ ਕਰ ਰਹੇ ਹਾਂ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਨਾਲ ਨਾਲ ਉਹ ਡੀਕਲਟਰ ਕਰਦੇ ਜਾਈਏ। ਹੋਰ ਵੀ ਕਾਲਸ ਕਰਦੇ ਰਹੋ ਇਸ ਦੇ ਨਾਲ, ਕਿ ਜਿਸ ਤਰ੍ਹਾਂ ਮੈਂ ਸੋਚ ਰਹੀ ਸੀ, ਫੋਨ ਮੈਨੂੰ ਜਦੋਂ ਪਹਿਲੀ ਵਾਰ, ਟੂ ਬੀ ਓਨੈਸਟ, ਮੈਂ ਜਦੋਂ ਬਹੁਤ ਸਾਲਾਂ ਦੇ ਪਹਿਲੇ ਦੀ ਗੱਲ ਕਰ ਰਹੀ ਹਾਂ, ਮੈਂ ਜਿਹੜਾ ਵੀ ਕੁਛ ਖੋਲ੍ਹਦੀ ਸੀ ਨਾ, ਜੈਸੇ ਗੂਗਲ ਜਾਂ ਕਰੋਮ ਦੇ ਉੱਤੇ ਕੁਛ ਖੋਲ੍ਹਿਆ, ਅਤੇ ਉਹ ਖੋਲ੍ਹ ਕੇ ਦੂਸਰੀ ਚੀਜ਼ ਖੋਲ੍ਹ ਲਈ, ਦੂਸਰੀ ਚੀਜ਼ ਖੋਲ੍ਹ ਲਈ, ਸਮਹਾਓ ਮੈਨੂੰ ਯਾਦ ਨਹੀਂ ਆ ਰਿਹਾ ਹੁਣ ਕਿਹਨੇ ਮੇਰਾ ਫੋਨ ਇੱਕਦਮ ਪਕੜਿਆ, ਐਂਡ ਸਸ ਕਿ ਵਟ ਇਜ਼ ਦਿਸ। ਉਹ ਜਿਹੜਾ ਇੱਕਦਮ ਬੜੇ ਸਾਰੇ ਜਿਹੜੇ ਪੇਜਿਸ ਹੈਗੇ ਨਾ, ਉਹ ਖੁੱਲ੍ਹੇ ਹੀ ਰਹਿੰਦੇ ਹੈ। ਹੁਣ ਮੈਨੂੰ ਇੰਨਾ ਅੱਛਾ ਲੱਗਦਾ ਜਿਹਦੇ ਈਵਨ 12-15 ਵੀ ਹੋ ਜਾਣ ਨਾ, ਐਂਡ ਵੈਨ ਆਈ ਜਸਟ ਸਵਾਈਪ ਦੈਮ ਐਂਡ ਜਸਟ ਇਨ ਅ ਵੇ ਆਪਣੇ ਸਕਰੀਨ 'ਚੋਂ ਬਾਹਰ ਹੋ ਜਾਂਦੇ ਹੈ ਜਦੋਂ, ਜਾਂ ਯੂ ਨੋ ਉਹਦੇ 'ਚੋਂ ਇਤਨੀ ਸਕੂਨ ਮਿਲਦਾ ਕਿ ਹਾਂ, ਭਾਵੇਂ ਉਹ ਵੇਟ ਨਹੀਂ ਘੱਟ ਗਿਆ ਫੋਨ ਦਾ, ਬਟ ਇੱਕ ਫੀਲਿੰਗ ਕਿ ਗਾਰਬੇਜ ਲੈਪਟੋਪ ਵਕ ਵਿੱਚ ਤੇ ਵੀ, ਕੰਪਿਊਟਰ ਸਕਰੀਨ 'ਤੇ ਵੀ ਬੜੇ ਸਾਰੇ ਆਈਕੋਨਸ ਅਸੀਂ ਖੋਲ੍ਹ ਲੈਂਦੇ ਹਾਂ। ਮੈਂ ਕਰਦੀ ਹਾਂ, ਥੋੜ੍ਹੀ ਦੇਰ ਬਾਅਦ ਜਦੋਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਖਾਲੀ ਕਲੀਅਰ ਕਰਦੀ ਹਾਂ ਨਾ, ਆਈ ਫੀਲ ਸੋ ਗੁੱਡ। ਸੋ ਡੋਂਟ ਫੋਰਗੇਟ ਕਿ ਤੁਸੀਂ ਫੋਨ ਡੀਕਲਟਰ ਕਰਨਾ ਹੈ, ਲੈਪਟੋਪ ਡੀਕਲਟਰ ਕਰਨਾ ਹੈ, ਬਿਕੋਜ਼ ਦੇ ਆਰ ਸੋ ਮੈਨੀ ਸਰਚਿਜ਼ ਅੱਜ ਕੱਲ੍ਹ ਅਸੀਂ ਜਿਹੜੀ ਕਰਦੇ ਹਾਂ, ਜਿਹੜੀ ਚਾਹੀਦੀ ਨਹੀਂ ਹੁੰਦੀ ਲੇਟਰ, ਬਟ ਉਹ ਖੁੱਲ੍ਹੇ ਰਹਿੰਦੇ ਹੈ। ਇਟ ਟੇਕਸ ਅਪ ਸਪੇਸ ਐਂਡ ਮੈਮਰੀ ਐਂਡ ਸਪੀਡ, ਸਾਰਾ ਕੁਛ ਉਹ ਹੋ ਸਕਦਾ ਹੈ ਕਿ ਰਨ ਕਰੀ ਜਾਣ 'ਤੇ ਕੱਟੇ। ਸੋ ਦੈਟਸ ਵਨ ਆਈ ਵੁੱਡ ਸੇ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਤੁਸੀਂ ਕਾਲ ਜ਼ਰੂਰ ਕਰੋ ਔਰ ਦੱਸੋ ਕਿ ਤੁਸੀਂ ਕਿਸ ਵੱਲ ਸਾਡਾ ਧਿਆਨ ਦਵਾਓਗੇ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਅੱਜ ਕਿ ਇੱਕ ਦੂਜੇ ਨੂੰ ਯਾਦ ਕਰਾਈਏ ਕਿ ਕੋਈ ਕੋਨਾ ਜਿਹੜਾ ਹੈ ਉਹ ਰਹਿ ਨਾ ਜਾਏ। ਲੈਪਟੋਪ, ਫੋਨਸ, ਕਾਰਸ 'ਚ ਵੀ ਅਸੀਂ ਬੜਾ ਕੁਛ ਜਿਹੜਾ ਹੈ ਇਕੱਠਾ ਕਰ ਲੈਂਦੇ ਹਾਂ ਕਿ ਉਹ ਇਹ ਚਾਹੀਦਾ ਹੋਏਗਾ, ਉਹ ਚਾਹੀਦਾ ਹੋਏਗਾ, ਹੋਰ ਕੁਛ ਨਹੀਂ ਤਾਂ ਸਰਦੀਆਂ ਦੇ ਵਿੱਚ ਜੈਕਟਸ, ਕੈਪਸ, ਮਫਲਰਸ, ਉਹ ਹੀ ਇਕੱਠੇ ਹੋ ਜਾਂਦੇ ਨੇ ਕਿ ਹਾਂ ਯੂ ਨੋ ਲੈ ਕੇ ਗਏ, ਉੱਥੇ ਉੱਤਰ ਗਏ। ਸੋ ਇਟਸ ਆਲਵੇਜ਼ ਅ ਗੁੱਡ ਆਈਡੀਆ ਕਿ ਸੀਜ਼ਨ ਬਦਲ ਰਿਹਾ ਅਤੇ ਹੁਣ ਇੰਨੀ ਲੋੜ ਨਹੀਂ ਪੈਣੀ ਉਹਨੂੰ, ਯੂ ਨੋ ਚੀਜ਼ਾਂ ਉਹਦੇ 'ਚੋਂ ਘਟਾ ਦਈਏ, ਜੋ ਚਾਹੀਦੀਆਂ ਉਹ ਰੱਖ ਲਈਏ। ਸੋ ਬੜੀਆਂ ਸਾਰੀਆਂ ਚੀਜ਼ਾਂ, ਔਰ ਲੇਡੀਜ਼ ਸਪੈਸ਼ਲੀ ਮੇਰੇ ਨਾਲ ਜ਼ਰੂਰ ਸਹਿਮਤ ਹੋਣਗੀਆਂ ਕਿ ਅਸੀਂ ਸੂਟਸ, ਅਸੀਂ ਆਪਣੇ ਕੱਪੜੇ ਜਿਹੜੇ ਹੈ ਉਹ ਬਹੁਤ ਸਾਰੇ ਲੈ ਲੈਂਦੇ ਹਾਂ, ਅਫਕੋਰਸ ਪਾਉਂਦੇ ਹਾਂ, ਪਰ ਫਿਰ ਕੁਛ ਤੋਂ ਬਾਅਦ ਅਸੀਂ ਕਹਿੰਦੇ ਹੋਰ ਕਿੰਨੇ ਪਾਈਏ। ਸੋ ਉਹ ਇੰਨਾ ਕੱਪੜਾ ਹੋ ਜਾਂਦਾ ਔਰ ਉਸ ਤੋਂ ਸੁੱਟਿਆ ਵੀ ਨਹੀਂ ਜਾਂਦਾ, ਸਾਨੂੰ ਲੱਗਦਾ ਕਿ ਹਾਏ ਇੰਨੇ ਵਧੀਆ ਹੈਗੇ ਹੈ, ਕਿਹਨੂੰ ਦਈਏ, ਸਪੈਸ਼ਲੀ ਇੰਡੀਅਨ ਸੂਟਸ। ਸੋ ਬੜੀ ਸਾਲਾਂ ਤੋਂ ਅਸੀਂ ਜਿਵੇਂ ਨਾ ਉਸ ਚੀਜ਼ ਬਾਰੇ ਸੋਚਦੇ ਸੀ ਕਿ ਕੀ ਕਰੋ, ਸਰਕੂਲੇਟ ਕਰਨੇ ਚਾਹੀਦੇ, ਕਿਸੇ ਨੂੰ ਕਈ ਇੰਡੀਆ ਘੱਟ ਜਾਂਦੇ ਹੈ ਉਹਨਾਂ ਨੂੰ ਚਾਹੀਦੇ ਹੋਣੇ ਹੈ, ਕਿ ਬੜੇ ਬੜੇ ਅੱਛੀ ਕੰਡੀਸ਼ਨ। ਸੋ ਇੱਕ ਬੜਾ ਅੱਛਾ ਉਪਰਾਲਾ ਜਿਹੜਾ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੁਈਨਸ ਦੇ ਵਿੱਚ ਜਿਹੜੀ ਸਾਊਥ ਕੁਈਨਸ ਵੁਮੈਨਸ ਮਾਰਚ ਇੱਕ ਔਰਗਨਾਈਜੇਸ਼ਨ ਹੈ, ਇਸ ਵਾਰੀ ਵਿਸਾਖੀ ਸਾਰੇ ਅਲੱਗ ਅਲੱਗ ਤਰੀਕੇ ਲੱਭ ਰਹੇ ਹੈ ਮਨਾਉਣ ਦੇ। ਸੋ ਕੋਰੇਜੀਅਸ ਲਵ ਮੇਰੀ ਬੇਟੀ ਦੀ ਇੱਕ ਔਰਗਨਾਈਜੇਸ਼ਨ ਹੈ, ਅਤੇ ਇਸ ਔਰਗਨਾਈਜੇਸ਼ਨ ਦੀ ਵੀ ਉਹ ਫਾਊਂਡਿੰਗ ਮੈਂਬਰ ਹੈ। ਸੋ ਇਹਨਾਂ ਕੁੜੀਆਂ ਨੇ ਮਿਲ ਕੇ ਕੀਤਾ ਕਿ 10 ਅਪ੍ਰੈਲ ਨੂੰ ਕੁਈਨਸ ਦੇ ਵਿੱਚ ਜਦੋਂ ਉਹ ਵਿਸਾਖੀ ਦੇ ਓਨਰ ਦੇ ਵਿੱਚ ਜੋ ਕਰ ਰਹੇ ਨੇ, ਉਹ ਕਰ ਰਹੇ ਨੇ ਪੈਂਟਰੀ, ਡਰਾਈ ਪੈਂਟਰੀ ਗੁਰਦੁਆਰੇ ਦੇ ਵਿੱਚ ਕਰਨਗੇ, ਰਿਚਮੰਡ ਹਿੱਲ ਦੇ।
पर नाल ही खास तौर पर सूटां दी ओ लगा रहे हैं कि बई जो तुसी अपने सूट देना चाहते हो कंडीशन डेफिनेटली है कि तुसी बहुत सोहने आयन करके अच्छी कंडीशन विच रैप करके यू नो पूरी तरह दोगे स्पेशली अजकल दा बहुत जरूरी है पर उत्थे ओ तुसी डिपॉजिट कर सकते हो और ओ उस दिन ओ स्टैंड्स दे उत्ते लगा देंगे और जो चाहता है वो सारी फ्री पैंट्री जड़ी है वो कोई होर जड़ा अपना साइज देख के वो लैके जा सकता है सो आई थिंक इट्स अ वेरी गुड एंडेवर बहुत अच्छा उपराला है और जो जो सारे कोई सोचते ने वो अपने गुरुद्वारे या किते ए वाला उपराला बहुत ज़्यादा मुश्किल नहीं है बड़े आराम नाल कर सकते हैं क्योंकि मैं रिचमंड हिल गुरुद्वारे वालिया नाल गल की तो वो थैंक्स टू द होल कमेटी और कंग साहब वगैरह सारे बापूराय साहब कहें लाओ कमरा लै लो साढ़े तो जिस तरह मर्जी पर दिस इज़ अ वेरी गुड थिंग क्योंकि सबनों पता है कि घर असी जी लेडीज़ हैं वो करते हैं कि हाए बड़े सूट कट्ठे हुए हैं किसी होर नू दांगे तो जगह कट यू नो खाली होएगी सो बहुत जरूरी है होर पूछते हैं की कह रहे हैं हैलो हाँ जी सत श्री अकाल अरविंद जी हाँ जी गुरदीप जी की कहते हो ਸਫਾਈ ਮੁੱਖ ਤੌਰ ਤੇ ਚਾਰ ਪ੍ਰਕਾਰ ਦੀ ਹੈ ਮਨ ਦੀ ਸਫਾਈ ਸਰੀਰ ਦੀ ਸਫਾਈ ਘਰ ਦੀ ਸਫਾਈ ਆਲੇ ਦੁਆਲੇ ਦੀ ਸਫਾਈ ਮਨ ਦੀ ਸਫਾਈ ਦੇ ਵਿੱਚ ਇਹ ਹੈ ਵੀ ਓਵਰ ਥਿੰਕਿੰਗ ਕਰਨੀ ਛੱਡ ਦਿਓ ਪਤੰਗੋ ਕੋ ਆਗ ਮੇ ਚਲ ਜਾਣੇ ਦੋ ਉਹ ਪੈਦਾ ਇਸੀ ਲਈ ਹੋਇਆ ਹੈ ਜੀ 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 ਮਤਲਬ ਓਵਰ ਥਿੰਕਿੰਗ ਨਾ ਕਰੋ ਜੇ ਮੈਂ ਬੁੱਢਾ ਹੋ ਗਿਆ ਮੇਰੇ ਧੀਆਂ ਪੁੱਤਾਂ ਨੇ ਮੈਨੂੰ ਨਹੀਂ ਸਾਂਭਿਆ ਮੈਂ ਕੀ ਕਰੂੰਗਾ ਜੇ ਮੈਨੂੰ ਕੋਈ ਕੈਂਸਰ ਹੋ ਗਈ ਫਲਾਨਾ ਹੋ ਗਿਆ ਰੋਗ ਹੋ ਗਿਆ ਮੈਂ ਕੀ ਕਿੱਥੇ ਜਾਊਂਗਾ ਇਹ ਜਦੋਂ ਹੋ ਗਿਆ ਦੇਖਾ ਜਾਏਗਾ ਓਵਰ ਥਿੰਕਿੰਗ ਛੱਡੋ ਫਿਕਰ ਦੁਨੀਆਂ ਨੂੰ ਸੁਧਾਰੋਗੇ ਤਾਂ ਸੁਧਾਰਦੇ ਥੱਕ ਜਾਓਗੇ ਆਪਣੀਆਂ ਆਦਤਾਂ ਨੂੰ ਸੁਧਾਰਨਾ ਜ਼ਰੂਰੀ ਹੈ ਜੀ ਜੀ ਆਪਣੇ ਸਰੀਰ ਨੂੰ ਡੀਟੌਕਸੀਫਾਈਡ ਕਰੋ ਐਕਸਰਸਾਈਜ਼ ਕਰੋ ਜੰਕ ਫੂਡ ਅਵੋਇਡ ਕਰੋ ਨੇਚਰ ਨਾਲ ਪਿਆਰ ਕਰੋ ਕਦੀ ਸ਼ੀਸ਼ੇ ਮੂਹਰੇ ਖੜੇ ਹੋ ਕੇ ਅਸੀਂ ਸੋਚਿਆ ਸਾਡੇ ਮਨ ਵਿੱਚ ਕਿੰਨੀ ਗੰਦਗੀ ਭਰੀ ਹੋਈ ਹੈ ਉਹਨੂੰ ਸਾਫ਼ ਕਰੀਏ ਉਂਗਲੀ ਦੂਜਿਆਂ ਉੱਪਰ ਕਰਨ ਦੀ ਬਜਾਏ ਉਂਗਲੀ ਨੂੰ ਮੋੜ ਕੇ ਆਪਣੀ ਵੱਲ ਕਰ ਲਓ ਬਸ ਗੱਲ ਬਣ ਗਈ ਐਵਰੀ ਹੁਣ ਆਈਏ ਸਫਾਈ ਲਈ ਘਰ ਦੀ ਸਫਾਈ ਇਹ ਤਾਂ ਹੋ ਗਿਆ ਮਨ ਦੀ ਸਫਾਈ ਐਵਰੀ ਡੇ ਸਫਾਈ ਹੁਣ ਹੋ ਰਿਹਾ ਪਰ ਮੌਸਮਾਂ ਅਨੁਸਾਰ ਸਫਾਈ ਇਨ ਡਿਟੇਲ ਕਰਨੀ ਹੁੰਦੀ ਹੈ ਇਹ ਫਰਕ ਹੈ ਦਾਲਾਂ ਵਗੈਰਾ ਵੀ ਚੈੱਕ ਕਰੋ ਇਨ ਡਿਟੇਲ ਦਾ ਮਤਲਬ ਕਿਤੇ ਢੋਲਾ ਤਾਂ ਨਹੀਂ ਲੱਗ ਗਿਆ ਆਟਾ ਚੈੱਕ ਕਰੋ ਚ ਸੁਸਰੀ ਤਾਂ ਨਹੀਂ ਲੱਗ ਗਈ ਚੌਲਾਂ ਚ ਉਹਨਾਂ ਚ ਸਿੰਕ ਦੇ ਪਿਛਲੇ ਪਾਸੇ ਜੇ ਏਦਾਂ ਧੋਣ ਕਰਕੇ ਦੇਖੋ ਨਾ ਉੱਥੇ ਗੰਦਗੀ ਹੁੰਦੀ ਆ ਉਹ ਲੋਕ ਦੇਖਦੇ ਨਹੀਂ ਆ ਉਹ ਬਰੱਸ਼ ਲੈ ਕੇ ਟੁੱਥ ਬਰੱਸ਼ ਲੈ ਕੇ ਉਹਦੇ ਨਾਲ ਸਾਫ਼ ਕਰੋ ਰੈਕ ਦੇ ਹਰ ਮੌਸਮ ਦੇ ਵਿੱਚ ਰੈਕ ਦੇ ਉੱਪਰਲੇ ਪਾਸੇ ਜਿੱਥੇ ਤੁਸੀਂ ਚੀਜ਼ਾਂ ਰੱਖੀਆਂ ਹੁੰਦੀਆਂ ਉਹਦੀ ਸਫਾਈ ਬਹੁਤ ਜ਼ਰੂਰੀ ਹੈ ਉਹੀ ਸਫਾਈ ਜੇ ਗੰਦਗੀ ਆ ਉਹ ਫਿਰ ਥੱਲੇ ਆਉਂਦੀ ਰਹਿੰਦੀ ਹੌਲੀ ਹੌਲੀ ਤੇ ਘਰ ਦੇ ਵਾਤਾਵਰਨ ਨੂੰ ਬੈਡ ਕਰਦੀ ਰਹਿੰਦੀ ਆ ਉਹ ਜ਼ਰੂਰ ਕਰੋ ਜੀ ਬਾਕੀ ਹੋਰ ਬੈਡ ਖਿਸਕਾ ਕੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਅਸੀਂ ਇੰਡੀਆ ਦੇ ਵਿੱਚ ਉਹਨਾਂ ਦਾ ਪੱਕਾ ਅਸੂਲ ਹੁੰਦਾ ਸੀ ਵੀ ਹਰ 3 ਮਹੀਨਿਆਂ ਬਾਅਦ ਉਹਨੇ ਬੈਡ ਦੀ ਲੋਕੇਸ਼ਨ ਚੇਂਜ ਕਰ ਦੇਣੀ ਤੇ ਉਹ ਕਹਿੰਦੇ ਵੀ ਬਹੁਤ ਸਕੂਨ ਮਿਲੂਗਾ ਤੁਹਾਨੂੰ ਫਿਰ ਉਹ ਨੀ ਨਾ ਮੇਰੇ ਫਾਦਰ ਸਾਹਿਬ ਨੇ ਸਾਰੇ ਫਰਨੀਚਰ ਦੀ ਵੀ ਲੋਕੇਸ਼ਨ ਚੇਂਜ ਕਰਨੀ ਕੁਛ ਕੁਛ ਚੀਜ਼ਾਂ ਇੱਧਰ ਉੱਧਰ ਕਰਕੇ ਵਾਕਈ ਬਹੁਤ ਦਿਲ ਨੂੰ ਸਕੂਨ ਮਿਲਦਾ ਸੀ ਮੈਂ ਖੁਦ ਮਹਿਸੂਸ ਕੀਤੀ ਇਹ ਗੱਲ ਔਰ ਮੈਂ ਇੱਥੇ ਵੀ ਕਰਦਾ ਕਦੀ ਮੈਂ ਬੈਡ ਹੈ 3 ਕੁ ਮਹੀਨਿਆਂ ਬਾਅਦ ਇਸ ਕੋਨੇ ਚਲਾ ਲੈਣਾ ਆਪਣਾ ਬੈਡ ਕਦੀ ਮੈਂ ਇਹ ਚਲਾ ਲੈਣਾ ਫਿਰ ਉਹ ਕੀ ਹੁੰਦਾ ਜਿਹੜਾ ਤੁਹਾਡਾ ਬੈਡ ਦੇ ਥੱਲੇ ਵਾਲਾ ਪੋਰਸ਼ਨ ਉਹ ਸਾਫ਼ ਹੁੰਦਾ ਰਹਿੰਦਾ ਜੀ ਬਿਲਕੁਲ ਬਿਲਕੁਲ ਸੋ ਬਾਕੀ ਆਲੇ ਦੁਆਲੇ ਦੀ ਸਫਾਈ ਇਹ ਨਾ ਜਿੱਦਾਂ ਵੀ ਇੰਡੀਆ ਚ ਹੈਗਾ ਇੱਥੇ ਤਾਂ ਹੈ ਨੀ ਉਹ ਗੱਲ ਵੀ ਆਪਣਾ ਕੂੜਾ ਹੁੰਝਿਆ ਤੇ ਦੂਜੇ ਦੇ ਘਰ ਦੇ ਮੋਹਰੇ ਚੱਲ ਪਾਏ ਉਹ ਗੰਦਗੀ ਦੀ ਹਵਾ ਦੇ ਅਨੁਸਾਰ ਸਾਡੀ ਵੱਲ ਵੀ ਤੇ ਆਏਗੀ ਨਾ ਮੁੜ ਕੇ ਸਾਡੇ ਘਰ ਚ ਵੀ ਤਾਂ ਆਏਗੀ ਉਹਨਾਂ ਗੰਦੀ ਹਵਾ ਸੋ ਉਹ ਨਾ ਕਰੀਏ ਕਈ ਕੀ ਕਰ ਰਿਹਾ ਮੈਂ ਤੁਹਾਨੂੰ ਦੱਸਾਂ ਇਹ ਗੱਲ ਜਦੋਂ ਤੁਸੀਂ ਟ੍ਰੈਸ਼ ਇਹ ਬਹੁਤ ਮੇਰੇ ਜਦੋਂ ਮੈਂ ਅਮਰੀਕਾ ਚ ਪਹਿਲੀ ਵਾਰੀ ਆਇਆ ਤਾਂ ਮੈਂ ਝਾੜੂ ਪੋਚੇ ਦੇ ਉੱਤੇ ਲੱਗਿਆ ਸਫਾਈ ਕਰਨ ਲਈ ਜੋਬ ਮੈਨੂੰ ਮਿਲੀ ਤੇ ਵਾਲਮਾਰਟ ਚ ਤਾਂ ਉਹ ਮੈਨੂੰ ਜਿਹੜਾ ਟੀਚਰ ਸੀ ਜਿਹੜਾ ਗੋਰਾ ਸੀ ਉਹਨੇ ਮੈਨੂੰ ਪਹਿਲੇ ਦਿਨ ਇਹ ਟ੍ਰੇਨਿੰਗ ਦਿੱਤੀ ਕਿ ਜਿਹੜਾ ਟ੍ਰੈਸ਼ ਬੈਗ ਹੈ ਨਾ ਉਹਨੂੰ ਇੱਕ ਪਾਸੇ ਗੰਢ ਲਾਓ ਤੇ ਫਿਰ ਉਹਨੂੰ ਏਦਾਂ ਉਹਦੇ ਵਿੱਚ ਫਸਾਓ ਉਹ ਥੱਲੇ ਨੀ ਜਾਏਗਾ ਜਦੋਂ ਕੋਈ ਚੀਜ਼ ਪਾਉਂਦੇ ਆ ਮੈਂ ਬਹੁਤ ਘਰਾਂ ਤੇ ਦੇਖਿਆ ਜਦੋਂ ਕੋਈ ਚੀਜ਼ ਪਾਉਂਦੇ ਉਹ ਟ੍ਰੈਸ਼ ਬੈਗ ਥੱਲੇ ਚੱਲ ਜਾਂਦਾ ਭਾਰ ਦੇ ਨਾਲ ਉਹ ਫਿਰ ਸਾਰੇ ਨੂੰ ਗੰਦਗੀ ਕਰ ਦਿੰਦਾ ਉਹ ਕਹਿੰਦਾ ਸੀ ਦੋ ਲਾਓ ਉਹ ਜਿਹੜੇ ਹੁੰਦੇ ਆ ਟ੍ਰੈਸ਼ ਬੈਗ ਪਹਿਲਾ ਉੱਦਾਂ ਫਿਰ ਦੂਜਾ ਦੋਨਾਂ ਨੂੰ ਗੰਢ ਦਿਓ ਇੱਕ ਪਾਸੇ ਕੋਨੇ ਨੂੰ ਫਿਰ ਉਹਨੂੰ ਏਦਾਂ ਫਸਾਓ ਕਦੇ ਨਿਕਲ ਜਾਊਗਾ ਤਾਂ ਕਹਿ ਵੀ ਥੱਲੇ ਨੂੰ ਚੱਲ ਜਾਊਗਾ
ਮੈਨੂੰ ਅੱਜ ਤੱਕ ਉਹਦਾ ਲੈਸਨ ਜਾ ਰਿਹਾ। ਬਾਅਦ ਚ ਮੈਂ ਅਲੱਗ ਅਲੱਗ ਜੋਬਾਂ ਕੀਤੀਆਂ ਪਰ ਆਉਂਦੇ ਨੂੰ ਏਦਾਂ ਦੀ ਜੋਬ ਮਿਲੀ ਸੀ। ਸੋ ਇਹ ਕੌਮ ਨਿੱਕੀਆਂ ਨਿੱਕੀਆਂ ਗੱਲਾਂ ਆ, ਪਰ ਤੁਹਾਡੇ ਸਾਰੇ ਟ੍ਰੈਸ਼ ਬੈਗ ਨੂੰ ਜਦੋਂ ਥੱਲੇ ਜਿੱਦਾਂ ਕੋਈ ਚੀਜ਼ ਭਾਰੀ ਪਾਉਂਦੇ ਹੋ ਨਾਲ ਹੀ ਟ੍ਰੈਸ਼ ਬੈਗ ਥੱਲੇ ਚੱਲ ਜਾਂਦਾ, ਉਹ ਤੁਹਾਡਾ ਸਾਰਾ ਹੀ ਗੰਦਾ ਕਰ ਦਿੰਦਾ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਪਰ ਉਹਨਾਂ ਦੀ ਟੈਕਨੀਕ ਆ। ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਹੋਰ ਵੀ ਕੁਛ ਧਿਆਨ ਹੋਏ ਜ਼ਰੂਰ ਦੱਸੋ, ਮੈਂ ਇੰਨੀ ਦੇਰ ਹੋਰ ਕਾਲ ਲੈ ਲੈਂਦੀ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਰਵਿੰਦ। ਸੁਦਰਸ਼ਨ ਜੀ, ਥੈਂਕ ਯੂ ਫੋਰ ਕਾਲਿੰਗ। ਦੱਸੋ। ਮੈਂ ਦੱਸਾਂ ਕਿ ਮੈਂ ਤਾਂ ਸ਼ੁਰੂ ਕਰ ਚੁੱਕੀ ਹੋਈ ਹਾਂ ਅਰਵਿੰਦ। ਹਾਂ, ਦੇਖੋ ਸੀਜ਼ਨ ਦੇ ਵਿੱਚ ਸਾਰੇ ਹੀ ਥੋੜ੍ਹਾ ਥੋੜ੍ਹਾ ਯੂ ਨੋ ਟਾਈਮ ਆਉਂਦਾ ਸਾਡਾ, ਸਾਰਾ ਉਸ ਦਾ ਧਿਆਨ ਜਾਂਦਾ ਹੀ ਜਾਂਦਾ। ਜੀ ਕਰਦਾ, ਆਪਣੇ ਆਪ ਜੀ ਕਰਦਾ। ਪਿਛਲੇ ਹਫ਼ਤੇ ਕਲੀਨਿੰਗ, ਪਿਛਲੇ ਹਫ਼ਤੇ ਕਲੀਨਿੰਗ ਲੇਡੀ ਆਈ ਹੋਈ ਸੀ ਅਤੇ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਜੋ ਕੁਛ ਤੂੰ ਨਹੀਂ ਪਾਉਣਾ ਬੇਟੇ ਇਸ ਬੈਗ 'ਚ ਮੈਂ ਦੇ ਦੇ, ਤਾਂ ਕਿ ਮੈਂ ਉਹਨੂੰ ਦੇ ਦੇਵਾਂ। ਉਹ ਯੂਜ਼ ਕਰ ਲੈਣਗੀਆਂ। ਤਿੰਨ ਚਾਰ ਲੇਡੀ ਹੁੰਦੀਆਂ ਨੇ ਸਪੈਨਿਸ਼, ਆਪਸ 'ਚ ਵੰਡ ਲੈਂਦੀਆਂ ਨੇ, ਰਾਈਟ, ਹਾਂਜੀ। ਅਤੇ ਉਹਨਾਂ ਦੇ ਕੰਮ ਆ ਗਈ ਔਰ ਸਾਡੀ ਜਗ੍ਹਾ ਖਾਲੀ ਹੋ ਗਈ। ਜੇ ਪਾਉਣਾ ਹੀ ਨਹੀਂ ਹੈ ਤਾਂ ਰੱਖਣਾ ਕਿਉਂ? ਬਿਲਕੁਲ ਬਿਲਕੁਲ ਸਵਾਲ ਹੈ। ਅਤੇ ਕਈਆਂ ਤਾਂ, ਕਈ ਬੱਚੇ ਨੂੰ ਆਦਤ ਹੁੰਦੀ ਕਿ ਰੱਖੀ ਰੱਖੋ ਰੱਖੀ ਰੱਖੋ ਰੱਖੀ ਰੱਖੋ। ਮੇਰੇ ਘਰ ਵਿੱਚ ਵੀ ਹੈ ਨਾ ਐਸੇ ਬੱਚੇ, ਪਰ ਮੈਂ ਨਹੀਂ ਰੱਖਦੀ। ਮੈਂ ਤੇ ਰੀਨਾ ਨੂੰ ਕਹਿੰਦੀ ਹਾਂ ਕਿ ਦੇਖ, ਮੈਂ ਪਤਾ ਨਹੀਂ ਕਦੋਂ ਚਲੇ ਜਾਣਾ ਤੇ ਤੇਰੇ ਵਾਸਤੇ ਮੈਂ ਕੋਈ ਤਕਲੀਫ ਨਹੀਂ ਰੱਖਣਾ ਚਾਹੁੰਦੀ। ਮਿਨੀਮਾਈਜ਼ ਚੀਜ਼ਾਂ ਰੱਖਣੀਆਂ ਨੇ। ਇਹ ਨਾ ਹੋਵੇ ਕਿ ਤੂੰ ਮੇਰੀ ਸਲਵਾਰ ਕਿਸੇ ਨੂੰ ਦੇ ਦੇਵੇਂ ਤੇ ਕਮੀਜ਼ ਕਿਸੇ ਨੂੰ ਦੇ ਦੇਵੇਂ, ਪੂਰਾ ਸੂਟ ਦੇਵੀਂ ਕਿਸੇ ਨੂੰ ਦੇਣਾ। ਉਹ ਕਹਿੰਦੀ ਮਾਮ ਯੂ ਆਰ ਵੈਰੀ ਫਨੀ। ਮੈਂ ਕਿਹਾ ਫਨੀ ਨਹੀਂ, ਆਈ ਐਮ ਵੈਰੀ ਰਿਅਲਿਸਟਿਕ। ਹੁਣ ਮੈਂ ਕਿਹਾ ਚੀਜ਼ਾਂ ਤੇ ਖਰੀਦਣ ਦਾ ਕੋਈ ਸਵਾਲ ਨਹੀਂ ਉੱਠਦਾ, ਬਿਲਕੁਲ। ਜੋ ਹੈ ਬਹੁਤ ਹੈ, ਉਹ ਹੀ ਮੈਂ ਯੂਜ਼ ਕਰ ਜਾਵਾਂ ਤੇ ਇੰਨਾ ਹੀ ਬਹੁਤ ਹੈ। ਬਾਕੀ ਸਰਦੀਆਂ ਗਰਮੀਆਂ ਦੀ ਹੁਣ ਟਾਈਮ ਆ ਗਿਆ। ਸੁਦਰਸ਼ਨ ਜੀ ਬਿਲਕੁਲ ਐਡ ਨਹੀਂ ਕਰਦੇ, ਕੁਝ ਹੁੰਦਾ ਨਹੀਂ, ਦਿਲ ਕਰਦਾ ਕਿ ਅੱਜ ਇਹ ਚੀਜ਼ ਦੇਖੀਏ। ਹੁਣ ਅਰਵਿੰਦ ਦੀ ਹੁਣ ਘਟ ਗਈ ਦਿਨ ਬ ਦਿਨ, ਦਿਨ ਬ ਦਿਨ, ਸ਼ਾਇਦ ਉਮਰ ਦੇ ਲਿਹਾਜ਼ ਨਾਲ। ਔਰ ਆਮ ਵੈਰੀ ਪ੍ਰੈਕਟੀਕਲ, ਮੈਂ ਸੋਚਣੀ ਆ ਕਿ ਕਿਉਂ ਇਕੱਠੇ ਕਰੀ ਜਾਣਾ ਇਹ ਪੈਸਾ। ਚਲੋ ਜੇ ਛੋੜ ਜਾਵਾਂਗੇ ਤਾਂ ਨਾ ਬੱਚਿਆਂ ਦੇ ਕੰਮ ਆਉਣਗੇ, ਕੱਪੜੇ ਕਿਸ ਦੇ ਕੰਮ ਆਉਣੇ ਨੇ, ਜ਼ੇਵਰ ਹੁਣ ਮੈਂ ਕੋਈ ਨਹੀਂ ਬਣਾਉਣਾ, ਕਿਹਦੇ ਕੰਮ ਆਉਣਾ। ਮੈਂ ਤਾਂ ਲਿਸਟ ਉਹਨਾਂ ਦੀ ਵੀ ਬਣਾ ਕੇ ਰੱਖੀ ਹੋਈ ਕਿ ਕੀ ਕੀ ਕਿਸੇ ਨੂੰ ਦੇਣਾ। ਮੈਨੂੰ ਪਤਾ ਕਿਸੇ ਨੇ ਚੀਟਿੰਗ ਨਹੀਂ ਕਰਨੀ, ਮੈਂ ਲਿਖ ਕੇ ਦਿੱਤਾ ਹੋਇਆ ਕਿ ਇਹ ਚੀਜ਼ ਮੇਰੀ ਇਸ ਪੋਤੀ ਨੂੰ ਜਾਣੀ, ਇਸ ਨੂੰ ਜਾਣੀ, ਇਹਨੂੰ ਜਾਣੀ, ਇਹ ਤੈਨੂੰ ਜਾਣਾ, ਉਹਨੂੰ ਜਾਣਾ। ਬਸ ਮਤਲਬ ਤੇ ਜ਼ਰਾ ਆਰਗੇਨਾਈਜ਼ ਹੋਣਾ ਚਾਹੀਦਾ, ਕਿਉਂਕਿ ਇਹ ਟਾਈਮ ਤੇ ਹਰ ਇੱਕ ਤੇ ਆਣਾ ਹੀ ਆਣਾ ਵੇ, ਸੂਨਰ ਆਰ ਲੇਟਰ। ਇਟਸ ਸਿੰਪਲੀ ਆਰਗੇਨਾਈਜ਼। ਉਹਦੇ ਚ ਵੀ ਕਿੰਨਾ ਸਕੂਨ ਮਿਲਦਾ ਹੈ ਨਾ ਜੇ ਆਰਗੇਨਾਈਜ਼ ਹੋਇਆ ਹੋਵੇ। ਬਹੁਤ ਸਕੂਨ ਮਿਲਦਾ ਕਿ ਮੈਂ ਜਦੋਂ ਕੱਪੜੇ ਕੱਢਨੀ ਆ ਆਪਣੇ, ਕਿ ਜਦੋਂ ਮੈਂ ਪਾਣੇ ਨੇ ਮੈਂ ਕਿਉਂ ਰੱਖਾਂ। ਜਿਹੜੀ ਚੀਜ਼ ਮੈਂ ਪੂਰੀ ਸਰਦੀਆਂ ਨਹੀਂ ਦੇਖੀ ਪਿਛਲੀ ਸਰਦੀਆਂ ਦੀ, ਉਹ ਹੁਣ ਮੈਨੂੰ ਰੱਖਣ ਦੀ ਕਿਆ ਜ਼ਰੂਰਤ ਹੈ? ਉਹਦਾ ਮਤਲਬ ਮੈਂ ਉਹਨੂੰ ਨਹੀਂ ਚਾਹੀਦੀ ਸੀ, ਫਜ਼ੂਲ ਹੀ। ਸਵੈਟਰ ਕਿਸੇ ਦੇ ਕੰਮ ਆਣਗੇ, ਔਰ ਪਿਛਲੇ ਹਫ਼ਤੇ ਸਭ ਸਵੈਟਰ ਧੋ ਦਿੱਤੇ ਅਰਵਿੰਦ ਜੀ, ਸਭ ਨੂੰ ਸਾਫ਼ ਕਰਕੇ ਤਹਿ ਲਗਾ ਕੇ ਰੱਖ ਦਿੱਤਾ। ਅੱਛਾ, ਇਹ ਵੀ ਬੜੀ ਵੱਡੀ ਗੱਲ ਹੈ ਕਿ ਜਦੋਂ ਅਸੀਂ ਧੋਂਦੇ ਹਾਂ, ਯੂ ਨੋ ਸਵੈਟਰਸ ਕਹਿ ਲਓ ਧੋਏ ਬਿਨਾਂ ਵੀ ਔਰ ਬਾਕੀ ਦੇ ਜਦੋਂ ਧੋਂਦੇ ਹਾਂ, ਉਹ ਆਪਣੇ ਆਪ ਹੀ, ਔਰ ਸਪੈਸ਼ਲੀ ਆਇਨਿੰਗ, ਆਇਨਿੰਗ ਦੇ ਬਿਨਾਂ ਪਏ ਹੁੰਦੇ ਆ ਤੇ ਕਿੰਨੇ ਸਾਰੇ ਲੱਗ ਰਹੇ ਹੁੰਦੇ ਆ। ਜੇ ਥੋੜ੍ਹਾ ਜਿਹਾ ਇੱਕ ਦਿਨ ਟੀਵੀ ਦੇਖਦੇ ਆਇਨ ਕਰ ਲਈਏ, ਉਹ ਇੰਨੇ ਜੇ ਹੋ ਜਾਂਦੇ ਆ, ਕਿੰਨੀ ਜਗ੍ਹਾ ਬਣ ਜਾਂਦੀ ਹੈ। ਬਿਲਕੁਲ ਬਿਲਕੁਲ, ਆਰਗਨਾਈਜ਼ ਕਰਕੇ ਤੈਅ ਲਗਾ ਕੇ ਉਹ ਰੱਖ ਦਿੱਤੇ ਸਵੈਟਰ, ਇੱਕ ਇੱਕ ਹਲਕਾ ਜਿੰਨਾ ਰੱਖਿਆ ਕਿ ਚਲੋ ਬਿਲਕੁਲ ਸਲੀਵਲੈਸ, ਕਿ ਬਾਹਰ ਕਿਸੇ ਲਈ ਨਿਕਲਦੀ ਆ ਤੇ ਚਲੋ ਕੰਧੇ ਨੂੰ ਠੰਡ ਠੁੰਡ ਨਾ ਲੱਗੇ, ਫਿਰ ਵਾਕ ਵੀ ਕਰਾਂ ਤੇ ਨਾ ਲੱਗੇ, ਬਿਲਕੁਲ ਇੱਕ ਅੱਧੀ ਚੀਜ਼। ਬਾਕੀ ਮੈਂ ਜ਼ਿਆਦਾ ਇੱਧਰ ਉੱਧਰ ਜਾਂਦੀ ਨਹੀਂ ਆ, ਸਵੈ ਆਪਣੀ ਅਪੁਆਇੰਟਮੈਂਟਸ ਵਗੈਰਾ ਤੇ। ਤੇ ਬਾਕੀ ਕਲੀਨਿੰਗ ਕਰਨੀ ਬੜੀ ਜ਼ਰੂਰੀ ਹੈ, ਸਭ ਕਰਦੇ ਆ, ਸਭ ਕਰਦੇ ਆ। ਅਸੀਂ ਤਾਂ ਦੋਨੋਂ ਨੂੰ ਸੱਸ ਇੰਨੀਆਂ ਹੁਸ਼ਿਆਰ ਆ, ਚੀਜ਼ਾਂ ਸੋਚਦੇ ਜਿਹਦੀ ਹੱਦ ਨਹੀਂ ਹੈ, ਰੀਨਾ ਔਰ ਮੈਂ। ਤੁਸੀਂ ਕੁਝ ਧਿਆਨ ਦਵਾਓਗੇ ਕਿਚਨ ਵੱਲ ਅਸੀਂ ਜਾਈਏ ਤੇ, ਅਗਰ ਸਾਰੇ ਡਰਾਅਰਸ ਦੇਖਦੇ ਹਾਂ ਤੇ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਇੱਕ, ਸਾਰੇ ਆਪਣੇ ਆਪਣੇ ਘਰ ਦੀ ਨਾ ਇੱਕ ਵੀਕ ਪੁਆਇੰਟਸ ਹੁੰਦੇ ਕਿ ਉਸ ਡਰਾਅਰ 'ਚ ਮੈਂ ਜ਼ਿਆਦਾ ਗੰਦ ਪਾ ਹੀ ਦਿੰਦੀ ਹਾਂ, ਮਤਲਬ ਉਹ ਐਂਟਰੀ ਤੇ ਹੋਏਗਾ ਜਾਂ ਕੋਈ ਹੋਏਗਾ। ਮੈਨੂੰ ਆਪਣੀ ਤਾਰੀਫ ਨਹੀਂ ਮੈਨੂੰ ਕਰਨੀ ਚਾਹੀਦੀ, ਆਮ ਵੈਰੀ ਆਰਗਨਾਈਜ਼ਡ। ਮੈਂ ਕੋਈ ਫਜ਼ੂਲ ਦੀ ਚੀਜ਼ ਕਿਸੇ ਤਰ੍ਹਾਂ ਨਹੀਂ ਰੱਖਦੇ, ਨਹੀਂ ਰੱਖਦੇ। ਹਾਂ, ਈਵਨ ਜਿਹੜੇ ਆਪਣਾ ਰਸੋਈ ਦੇ ਜਿਹੜੇ ਆਪਣੇ ਲੈਣੇ ਆ ਕਿਚਨ ਟਾਵਲ ਜਿਹੜੇ ਨੇ ਨਾ, ਉਹਨਾਂ ਨੂੰ ਵੀ ਤੈਅ ਲਗਾ ਕੇ ਸਾਰਿਆਂ ਨੂੰ ਉੱਪਰ ਰੱਖਿਆ ਹੋਇਆ ਫੀਡਬੈਕ, ਇੱਕ ਕੱਢਿਆ, ਦੋ ਕੱਢੇ, ਦੈਟਸ ਇਟ। ਉਹਦੇ ਬਾਅਦ ਜਿਸਲੇ ਮੈਂ ਦੇਖਾਂ ਕਿ ਧੋਣਾ, ਮੇਰਾ ਧੋਣਾ ਤੇ ਮੇਰਾ ਬਹੁਤ ਹੀ ਜ਼ਰੂਰੀ ਹੈ। ਰਾਤ ਨੂੰ ਮੈਂ ਫੁਲਕਾ ਬਣਾਉਣ ਦੇ ਬਾਅਦ ਉਸ ਝਾੜਨ ਨੂੰ ਮੈਂ ਆਪਣਾ ਗਰਮ ਪਾਣੀ ਦੇ ਵਿੱਚੋਂ ਨਿਕਾਲ ਕੇ ਧੋ ਕੇ ਹੁਣ ਮੈਂ ਰੱਖਦੀ ਹਾਂ, ਹੁਣ ਮੈਂ ਜ਼ਰੂਰ ਰੱਖਦੀ ਹਾਂ। ਕੁਛ ਕੁਛ ਅਸੀਂ ਵੈਸੇ ਸਫਾਈ ਫਰੀਕ ਹੈਗੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਕੋਈ ਐਸੀ ਚੀਜ਼ ਕਿਚਨ ਦੇ ਵਿੱਚ ਜਿਹਦੇ ਤੁਹਾਨੂੰ ਲੱਗਦਾ ਕਿ ਇਹਦਾ ਧਿਆਨ ਨਹੀਂ ਜਾਂਦਾ ਪਰ ਬੜੀਆਂ ਇਕੱਠੀਆਂ ਹੋ ਜਾਂਦੀਆਂ, ਉਹ ਕਿਹੜੀ ਹੈ? ਨਹੀਂ, ਮੈਂ ਕੁਛ ਇਕੱਠਾ ਨਹੀਂ ਕਰਦੀ, ਮੈਂ ਨਹੀਂ ਕਰਦੀ ਇਕੱਠਾ ਨਹੀਂ ਕਰਦੀ। ਉਹ ਬੱਚੀ ਹੈ ਪੋਤੀ ਮੇਰੀ, ਉਹਦੇ ਅੰਦਰ ਕੱਲ ਉਹਨੂੰ ਮੈਂ ਕਹਿ ਰਹੀ ਸੀ, ਮੈਂ ਕਿਹਾ ਦੇਖ ਬੇਟਾ, ਰਾਤ ਕੋ ਮੈਂ ਖਾਣਾ ਕੰਮ ਖਾਤੀ ਹੂੰ, ਮੈਂ ਉਹ ਖਾਂਦੀ ਹਾਂ, ਲੈਂਦੀ ਹਾਂ ਓਟਮੀਲ, ਲੈਂਦੀ ਹਾਂ ਲੋ ਸ਼ੂਗਰ ਵਾਲਾ ਦੁੱਧ ਚ ਪਾਉਣ ਵਾਸਤੇ, ਤੇ ਮੈਂ ਕਾਫੀ ਸਕਿਪ ਕਰ ਜਾਂਦੀ ਹਾਂ, ਹਫ਼ਤੇ ਦੋ ਤਿੰਨ ਸਕਿਪ ਕਰਨੀ ਆ ਰਾਤ ਦੇ ਡਿਨਰ ਮੈਂ। ਤੇ ਰਾਤੀ ਮੈਂ ਦੇਖਿਆ ਜਿਸਲੇ ਮੈਂ ਕਬਟ ਖੋਲੀ ਤੇ ਉਹਦੇ ਚ ਤਿੰਨ ਉਹਦੇ ਓਟਮੀਲ ਦੇ ਪਏ ਹੋਏ, ਇੱਕੋ ਜਿਹੇ
ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਪ੍ਰਿੰਕਾ ਇਹ ਤਿੰਨ ਤੇਰੇ ਪਏ ਰਹਿੰਦੇ ਤੇ ਸ਼ੂਗਰ ਵਾਲਾ, ਮੇਰਾ ਸ਼ੂਗਰ ਫ੍ਰੀ ਵਾਲਾ ਕੋਈ ਵੀ ਨਹੀਂ ਪਿਆ, ਸੋਰੀ ਗ੍ਰੈਂਡ ਮਾਂ। ਮੈਂ ਕਿਹਾ ਤਿੰਨ ਇਕੱਠੇ ਕਰਨ ਦੀ ਬੇਟਾ ਲੋੜ ਹੀ ਨਹੀਂ ਸੀ, ਕੋਈ ਅਸੀਂ ਜੰਗਲ ਚ ਰਹਿੰਦੇ, ਤੂੰ ਇੱਕ ਰੱਖ ਜੇ ਖਤਮ ਹੋ ਜਾਏਗਾ, ਇਹ ਕੋਲੋਂ ਟਾਰਗੇਟ ਤੇ ਦੂਜਾ ਲੈ ਆਈ। ਕਈ ਵਾਰੀ ਘੇਰੀ ਹੋਈ ਇਹਨਾਂ ਨੇ, ਫਜ਼ੂਲ ਦੀ ਜਗ੍ਹਾ ਘੇਰੀ ਹੋਈ। ਔਰ ਮੈਨੂੰ ਇਹ ਬੜਾ ਹੈ ਕਿ ਮੈਂ ਐਕਸਪਾਇਰੀ ਜ਼ਰੂਰ ਦੇਖਣੀ ਆ, ਮੈਨੂੰ ਕੋਈ ਵੀ ਐਕਸਪਾਇਰੀ ਚੀਜ਼ ਮਿਲੇ ਮੈਂ ਸੁੱਟ ਦੇਣੀ ਆ, ਚੁੱਪ ਕਰਕੇ ਅੱਖਾਂ ਬੰਦ ਉੱਡੋ ਉਹਦੇ ਚ ਗਈ ਆ। ਜੀ ਜੀ ਬਿਲਕੁਲ, ਬਹੁਤ ਵਧੀਆ, ਬਹੁਤ ਘੱਟ ਸੇ ਘੱਟ ਕੋਸ਼ਿਸ਼, ਘੱਟ ਸੇ ਘੱਟ ਚੀਜ਼ਾਂ ਰੱਖਣ ਦੀ ਕੋਸ਼ਿਸ਼ ਕਰੋ, ਇਕੱਠੀਆਂ ਜੰਕ ਨਹੀਂ ਕਰੋ। ਬਾਕੀ ਬਾਥਰੂਮ ਵਿੱਚ ਤਾਂ ਹੁਣ ਮੇਰਾ ਤੇ ਕੋਈ ਹੋਈ ਨਹੀਂ, ਕਿ ਨਾ ਮੇਰਾ ਮੇਕਅਪ ਹੈ ਤੇ ਨਾ ਮੇਰੀ ਲੈਣੀ ਨਾ ਦੇਣੀ, ਹੁਣ ਤੇ ਮਾਲਿਸ਼ ਕਰਨ ਵਾਲੇ ਤੇਲ ਹੀ ਨੇ ਬਾਤ ਬੈਕ ਨੂੰ, ਉਹਨੂੰ ਬੋਲੇ ਤੇ ਮੰਨ ਲਓ ਤੇ ਉਹਨੂੰ ਇੱਥੇ ਕਰ ਦਿਓ, ਉਹਨੂੰ ਇੱਥੇ ਕਰ ਦਿਓ, ਪਰ ਦੇ ਆਰ ਆਈ ਨੋ ਵੇਅਰ ਆਰ ਦੇ ਆ, ਛੋਟੇ ਛੋਟੇ ਸ਼ੀਸ਼ਿਆਂ 'ਚ ਪਾ ਕੇ ਰੱਖੇ ਦੇ ਨੇ, ਐਵੇਂ ਨਹੀਂ ਰੁਲਦੇ ਪਏ। ਜੀ ਜੀ, ਹਰ ਚੀਜ਼ ਦਾ ਮੈਨੂੰ ਪਤਾ ਹੈ ਵੀ ਇਹਦੇ 'ਚ ਇਹ ਚੀਜ਼ ਪਈ ਹੈ ਮੇਰੇ ਸਾਹਮਣੇ ਨੇ। ਬਿਲਕੁਲ, ਬਹੁਤ ਵਧੀਆ, ਘੱਟ ਸੇ ਘੱਟ ਕੋਸ਼ਿਸ਼ ਕਰੋ, ਸਾਰਿਆਂ ਨੂੰ ਕਹਿੰਦੀ ਹਾਂ ਕਿ ਘੱਟ ਸੇ ਘੱਟ ਖਰੀਦੋ, ਘੱਟ ਸੇ ਘੱਟ ਕੋਸ਼ਿਸ਼ ਕਰੋ ਲੈਣ ਦੀ। ਯਾਦ ਕਰਾ ਰਹੇ ਨੇ ਸੁਦਰਸ਼ਨ ਜੀ ਕਿ ਸੇਲਾਂ, ਆਈ ਮੀਨ ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਦਾ ਕਸੂਰ ਹੈ, ਪਰ ਸੇਲਾਂ ਬੜੇ ਟਰੈਪਸ ਹੈ, ਉਸ ਵੇਲੇ ਵੀ ਬੜਾ ਧਿਆਨ ਦੇਣਾ ਪੈਂਦਾ ਕਿ ਫਾਲਤੂ 'ਚ ਅਸੀਂ ਸੇਲ ਤੋਂ ਚੀਜ਼ਾਂ ਚੁੱਕਦੇ ਹਾਂ ਔਰ ਫਿਰ ਉਹ ਜ਼ਿਆਦਾ ਹੋ ਜਾਂਦੀਆਂ, ਭਾਵੇਂ ਉਹ ਟੋਵਲਸ ਹੈ ਅਤੇ ਭਾਵੇਂ ਹਰ ਇੱਕ ਬੰਦੇ ਦਾ, ਮੈਨੂੰ ਜੋ ਜਿਸ ਤਰ੍ਹਾਂ ਅਸੀਂ ਗੁੱਡ ਕਿ ਉਹਨਾਂ ਦਾ ਕੋਈ ਨਹੀਂ ਹੈ, ਬਟ ਆਈ ਐਮ ਸ਼ੋਰ ਤੁਹਾਡੇ ਕੋਲ ਜ਼ਰੂਰ ਕੋਈ ਹੋਏਗਾ। ਮੈਂ ਆਪਣਾ ਵੀ ਸ਼ੇਅਰ ਕਰਾਂਗੀ ਕਿਹੜੀਆਂ ਚੀਜ਼ਾਂ ਜਿਹੜੀਆਂ ਮੈਨੂੰ ਨਾ ਮਤਲਬ ਮੁਸ਼ਕਿਲ ਹੋ ਜਾਂਦੀ ਹੈ, ਅਗਰ ਕੋਈ ਅੱਛੀ ਚੀਜ਼ ਉਹਦੀ ਵਿੱਚ ਆ ਜਾਏ ਉਹ ਮੈਂ ਜ਼ਿਆਦਾ ਲੈ ਲੈਂਦੀ, ਐਂਡ ਦੈਨ ਆਈ ਐਮ ਮੋਰ ਕੇਅਰਫੁਲ ਕਿ ਮੇਰਾ ਉਹ ਡਰੋਰ ਭਰਨ ਪੜਤੇ ਨਹੀਂ ਗਿਆ ਜ਼ਿਆਦਾ। ਸੋ ਆਈ ਟੈਲ ਯੂ ਮਾਈਨ, ਯੂ ਟੈਲ ਮੀ ਯੋਰਸ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਡੀ ਕਲਟਰ, ਸੁਦਰਸ਼ਨ ਜੀ ਬੜਾ ਕੁਛ ਧਿਆਨ ਦਵਾ ਰਹੇ ਨੇ ਕਿ ਯੂ ਨੋ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਨਾਲ ਹੀ ਕਰਨੀਆਂ ਬੜੀਆਂ ਅੱਛੀਆਂ, ਪਰ ਸ਼ਾਇਦ ਇਹ ਮੈਨੂੰ ਤਾਂ ਇੰਨੀ ਅਕਲ ਹਾਲੇ ਆਈ ਨਹੀਂ, ਉਮਰ ਨਾਲ ਆਈ ਐਮ ਹੋਪਿੰਗ ਆ ਜਾਏਗੀ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਮੇਰੀਆਂ ਬੜੀਆਂ ਮੈਨੂੰ ਲੱਗਦਾ ਕਿ ਮੇਰੇ ਵੀਕ ਪੁਆਇੰਟਸ ਹੈ, ਕਿ ਮੈਂ ਕੋਈ ਅੱਛੀ ਜਿਹੀ ਕੈਟਲ ਦੇਖ ਲਾਂ, ਟੀ ਕੈਟਲ, ਅਤੇ ਮੈਨੂੰ ਲੱਗਿਆ ਓ ਲੈ ਲਓ, ਯੂ ਨੋ, ਸੋ ਆਈ ਹੈਵ ਟੂ ਬੀ ਐਕਸਟਰਾ ਕੇਅਰਫੁਲ ਕਿ ਮੈਂ ਜਿੱਥੇ ਕੈਟਲਸ ਰੱਖੀਆਂ ਹੋਈਆਂ ਉਹ ਜਗ੍ਹਾ ਨਾ ਭੁੱਲ ਬਹੁਤ ਨਾ ਭਰ ਜਾਏ, ਸੋ ਉਹਦਾ ਮੈਨੂੰ ਧਿਆਨ ਰੱਖਣਾ ਪੈਂਦਾ। ਇੱਕ ਮੈਨੂੰ ਟਰੇਜ਼ ਬੜੀਆਂ ਪਸੰਦ ਹੈ, ਮਤਲਬ ਕਿਚਨ ਦੇ ਵਿੱਚ ਮੈਨੂੰ ਲੱਗਦਾ ਕਈ ਕਈ ਚੀਜ਼ਾਂ ਹੈ, ਸੋ ਵਨ ਆਫ ਮਾਈ ਫਰੈਂਡਸ ਇਜ਼ ਕਿ ਮੈਨੂੰ ਜਿੰਨੇ ਮਰਜ਼ੀ ਪੋਟਸ ਐਂਡ ਪੈਨਸ ਹੋਣ, ਮੈਨੂੰ ਪੋਟਸ ਐਂਡ ਪੈਨਸ ਦਾ ਨਾ ਮਤਲਬ ਕੁਛ ਕਲਰਫੁੱਲ ਆ ਜਾਏ, ਮੈਂ ਸਕਰੋਲ ਕਰ ਰਹੀ ਹਾਂ ਔਨਲਾਈਨ ਕੁਛ ਆ ਰਹੇ, ਮੈਂ ਉਹ ਮੰਗਾ ਲੈਂਦੀ ਹਾਂ, ਫਿਰ ਮੈਨੂੰ ਲੱਗਦਾ ਮੈਂ ਕਰਨੇ ਕੀ ਹੈ ਨੇ, ਐਂਡ ਉਹ ਸ਼ੀ ਡਜ਼ਨਟ ਇਵਨ ਕੁੱਕ ਦੈਟ ਮੱਚ, ਪਰ ਉਹ ਯੂ ਨੋ ਪੋਟਸ ਐਂਡ ਪੈਨਸ ਜਾਂ ਕੁਛ ਵੀ ਕਿਚਨ ਦੇ ਗੈਜਟਸ, ਕਿਚਨ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਉਹਨੂੰ ਬਹੁਤ ਸ਼ੌਂਕ ਹੈ। ਸੋ ਜਦੋਂ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਫਿਰ ਇਹ ਵੀ ਬਹੁਤ ਕਾਬਿਲ ਤਾਰੀਫ ਹੈ ਗੱਲ ਕਿ ਉਹ ਫਿਰ ਦੇ ਵੀ ਦਿੰਦੀ ਹੈ, ਇੱਕੋ ਦਿਨ ਸਾਰੇ ਇਕੱਠੇ ਕਰੇਗੀ ਔਰ ਕਿਸੇ ਫਰੈਂਡ ਨੂੰ ਕਿ ਤੈਨੂੰ ਇਹ ਚਾਹੀਦਾ, ਠੀਕ ਹੈ, ਨਵੇਂ ਨਵੇਂ ਆਲਮੋਸਟ ਹੋਣਗੇ ਅਤੇ ਮਤਲਬ ਅਸੀਂ ਆਪਸ ਵਿੱਚ ਕਹਾਂਗੇ ਕਿ ਹਾਂ ਠੀਕ ਹੈ ਮੈਂ ਇਹ ਲੈ ਲੈਂਦੀ ਹਾਂ, ਮੈਂ ਇਹ ਲੈ ਲੈਂਦੀ ਹਾਂ, ਬਟ ਉਹੀ ਕਿ ਇੱਕ ਸ਼ੌਂਕ ਹੈ, ਸ਼ੌਂਕ ਪੂਰਾ ਕਰਦੀ ਤਾਂ ਹੈ ਬਟ ਫਿਰ ਵੰਡ ਵੀ ਦਿੰਦੀ ਹੈ, ਸੋ ਦੈਟਸ ਅ ਗੁੱਡ ਥਿੰਗ। ਬਟ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸ਼ਾਇਦ ਸਾਡੇ ਧਿਆਨ 'ਚੋਂ ਨਿਕਲ ਜਾਂਦੀਆਂ, ਜਿਵੇਂ ਕੋਈ ਕੋਰਨਰਸ, ਔਰ ਜਿਸ ਤਰ੍ਹਾਂ ਪਹਿਲੇ ਵੀ ਗੱਲ ਕਰ ਰਹੇ ਸੀ ਅਸੀਂ ਕਿ ਫਰਨੀਚਰ ਨੂੰ ਹਿਲਾਉਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਇੱਕ ਤਾਂ ਐਨਰਜੀ ਉਹ ਹੁੰਦੀ ਹੈ, ਬਾਕੀ ਜਿਹੜੇ ਕੁੱਕਸ ਐਂਡ ਕੋਰਨਰਸ ਹੁੰਦੇ ਨਾ ਮੇਰੇ ਕੋਲ ਨੁਕਸ, ਬਿਲਕੁਲ ਉਹ ਸਾਰੀਆਂ ਜਿਹੜੀਆਂ ਹੈ ਉਹ ਡੀਪ ਕਲੀਨ ਹੋ ਜਾਂਦੀਆਂ, ਨਹੀਂ ਤਾਂ ਕਿਸੇ ਹੈਵੀ ਕਾਊਚ ਦੇ ਪਿੱਛੇ, ਬੈਡਸ ਦੇ ਪਿੱਛੇ ਕਿੱਥੇ ਸਫਾਈ ਹੋ ਸਕਦੀ ਹੈ ਅੰਟਿਲ ਵੀ ਰੈਲੀ ਚੇਂਜ ਇਟ। ਆਈ ਨੋ ਕਈ ਰੂਮਸ ਦੀ ਇਹ ਪੋਸੀਬਿਲਿਟੀ ਨਹੀਂ ਹੁੰਦੀ ਕਿ ਤੁਸੀਂ ਇੱਕ ਸਾਈਡ ਤੋਂ ਦੂਸਰੀ ਸਾਈਡ ਉਸ ਬੈਡਸ ਨੂੰ ਕਰੋ, ਕਿਉਂਕਿ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਨਾ ਡਾਇਰੈਕਸ਼ਨ ਚੇਂਜ ਕਰਦਾ ਜਾਂ ਉਹ ਕਰਦਾ, ਪਰ ਕਿਸੇ ਕਿਸੇ ਕਮਰੇ ਦੀ ਖਾਸ ਤੌਰ 'ਤੇ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ ਕਿ ਬਾਕੀ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਾਲ ਅਰੇਂਜ ਕੀਤੀਆਂ, ਟੀ ਵੀ ਕਿੱਥੇ ਪਈ ਹੈ ਐਂਡ ਆਲ ਦੈਟ, ਸੋ ਯੂ ਕਾਂਟ ਡੂ ਇਟ, ਬਟ ਦ ਬੈਸਟ ਵੇਜ਼ ਕਿ ਤੁਸੀਂ ਉਹਨੂੰ ਬਿਲਕੁਲ ਅੱਗੇ ਕਰਕੇ ਯੂ ਨੋ ਸਾਰਾ ਮੈਟਰਸ ਵੈਟਰਸ ਕੱਟ ਕੇ ਕੱਢ ਕੇ ਉਹਨੂੰ ਸਫਾਈ ਕਰੋ, ਯੂਲ ਫੀਲ ਦੈਟ ਯੂ ਸਲੈਪਟ ਬੈਟਰ ਦੈਟ ਨਾਈਟ, ਆਈ ਥਿੰਕ ਸੋ, ਮੈਨੂੰ ਉਹਦੇ ਇੱਕ ਮਨ ਦੀ ਤਸੱਲੀ ਬੜੀ ਹੁੰਦੀ ਹੈ ਕਿ ਹਾਂ ਸਫਾਈ ਹੋ ਰਹੀ ਹੈ। ਐਂਡ ਸੇਮ ਇਜ਼ ਵਿਦ ਜਿਸ ਤਰ੍ਹਾਂ ਗੁਰਦੀਪ ਜੀ ਨੇ ਯਾਦ ਕਰਾਇਆ ਕਿ ਬੋਡੀ ਵੀ ਹੈਵ ਟੂ ਡੀਟੋਕਸ ਆਰ ਸੈਲਵਸ, ਮੈਨੂੰ ਨਹੀਂ ਲੱਗਦਾ ਕਿ ਆਈ ਮੀਨ ਇਟਸ ਅਗੇਨ ਮਾਈ ਓਪੀਨੀਅਨ ਕਿ ਇੱਕ ਜਿਹੜੇ ਤਰੀਕੇ ਹੈਗੇ ਹੈ ਡੀਟੋਕਸ ਜਾਂ ਕੋਈ ਦਵਾਈ ਖਾ ਕੇ ਜਾਂ ਕੋਈ ਲੀਕੁਇਡ ਪੀ ਕੇ ਉਹਦੇ ਨਾਲ ਡੀਟੋਕਸ ਕਰਨਾ ਕੋਈ ਬੜੀ ਵੱਡੀ, ਹਰ ਬੋਡੀ ਨੂੰ ਸੂਟ ਕਰਦਾ ਨਹੀਂ ਕਰਦਾ,
somehow detox karna, sugar kata liya, thoda fulka kata liya, carb kata liya for a couple of days. Ya jis tarah mera hun main aajkal kar rahi hu for last 2-3 weeks. Ki main pure 5 din sugar nahi khandi, cookie wagaira, koi chaah naal, koi cheez nahi. And then Saturday or Sunday halka ja kuch kha lani hai. So ek tarah naal aur sugar detoxification hogi kyunki sugar is very addictive. ਸ਼ੂਗਰ ਤੁਸੀਂ ਖਾਂਦੇ ਹੋ ਤਾਂ ਉਹ ਹੋਰ ਮੰਗਦਾ ਹੈ ਸਰੀਰ ਸੋ ਜਦੋਂ ਗੈਪ ਦਿੰਦੇ ਹੋ ਤਾਂ ਤੁਹਾਡੇ ਆਈ ਫੀਲ ਯੂ ਆਰ ਇਨ ਕੰਟਰੋਲ ਰਾਦਰ ਦੈਨ ਕਿ ਤੁਸੀਂ ਸ਼ੂਗਰ ਨੇ ਕੰਟਰੋਲ ਲਿਆ ਹੋਇਆ ਐਂਡ ਸੇਮ ਇਜ਼ ਵਿਦ ਕਾਰਬ ਕਿ ਤੁਸੀਂ ਯੂ ਨੋ ਥੋੜ੍ਹਾ ਜਿਹਾ ਘੱਟ ਬਾਡੀ ਨੂੰ ਉਹ ਕਰਦੇ ਹੋ ਖਿਚੜੀ ਲਿਕੁਇਡਸ ਖਾ ਲੈਂਦੇ ਹੋ ਅਤੇ ਉਹਦੇ 'ਚ ਲੱਗਦਾ ਕਿ ਥੋੜ੍ਹਾ ਜਿਹਾ ਰੈਸਟ ਦੇ ਰਹੇ ਹੋ ਆਪਣੇ ਮੈਟਾਬਲਿਜ਼ਮ ਨੂੰ ਆਪਣੇ ਡਾਈਜੈਸਟਿਵ ਸਿਸਟਮ ਨੂੰ ਵਿਚ ਇਜ਼ ਰੀਅਲੀ ਗੁੱਡ ਕਿਉਂਕਿ ਵੀ ਗੈਟ ਸੋ ਮੱਚ ਵਰਕ ਡਨ ਫਰੋਮ ਆਰ ਬਾਡੀ ਬਟ ਮੈਨੂੰ ਲੱਗਦਾ ਓਵਰਆਲ ਜਿਹੜਾ ਹੈ ਨਾ ਇੱਕ ਐਟੀਟਿਊਡ ਹੈਗਾ ਟੂ ਓਨਰ ਦ ਸਪੇਸ ਭਾਵੇਂ ਉਹ ਬਾਡੀ ਹੈ ਮਾਇੰਡ ਹੈ ਭਾਵੇਂ ਫਿਜ਼ੀਕਲ ਸਪੇਸ ਅਰਾਊਂਡ ਯੂ ਹੈ ਇਟਸ ਲਾਈਕ ਰਿਸਪੈਕਟਿੰਗ ਦੈਟ ਸਪੇਸ ਇਟਸ ਲਾਈਕ ਓਨਰਿੰਗ ਦੈਟ ਸੋ ਅਗਰ ਅਸੀਂ ਉਹ ਲੈ ਕੇ ਚੱਲੀਏ ਕਿ ਬਈ ਇਹ ਸਾਰਾ ਜਿਹੜਾ ਰਿਚੁਅਲ ਹੈ ਮੈਂ ਇਹ ਕਰ ਰਹੀ ਹਾਂ ਸਫਾਈ ਕਰ ਰਹੀ ਹਾਂ ਅਤੇ ਮੈਂ ਓਨਰ ਕਰ ਰਹੀ ਹਾਂ ਮੈਂ ਰਿਸਪੈਕਟ ਕਰ ਰਹੀ ਹਾਂ ਮੈਂ ਸਪੇਸ ਬਣਾ ਰਹੀ ਹਾਂ ਮੈਂ ਹੋਰ ਜਗ੍ਹਾ ਬਣਾ ਰਹੀ ਹਾਂ ਐਂਡ ਦੈਨ ਮਾਈ ਫੇਵਰੇਟ ਪਾਰਟ ਆਫ ਦਿਸ ਇਜ਼ ਕਿ ਉਹੀ ਚੀਜ਼ ਜਿਹੜੀ ਤੁਸੀਂ ਸ਼ਾਇਦ ਯੂ ਨੋ ਥੱਕ ਗਏ ਹੋ ਪਾ ਕੇ ਐਂਡ ਕਿਸੇ ਹੋਰ ਦਿਓ ਬਿਲਕੁਲ ਨਵੀਂ ਕੰਮ ਆ ਜਾ ਰਹੀ ਹੈ ਸੋ ਡੈਫੀਨੇਟਲੀ ਔਰ ਕੁੜੀਆਂ ਦੇ ਪਤਾ ਨਹੀਂ ਸਾਰਿਆਂ ਦੇ ਹੈ ਕਿ ਨਹੀਂ ਪਰ ਮੈਂ ਜ਼ਰੂਰ ਦੇਖਦੀ ਹਾਂ ਕਿ ਕੁੜੀਆਂ ਮੁੰਡਿਆਂ ਦੇ ਯੰਗਸਟਰਸ ਦੇ ਕਈ ਵਾਰੀ ਕਬਰਡ 'ਚੋਂ ਨਿਕਲਦੇ ਹੈ ਟੈਗਸ ਦੇ ਵਾਲੇ ਕੱਪੜੇ ਨਿਕਲਦੇ ਹੈ ਕਿ ਉਹ ਲਿਆ ਤਾਂ ਸੀ ਰਿਟਰਨ ਨਹੀਂ ਕੀਤਾ ਬੜਾ ਸਸਤਾ ਜਿਹਾ ਸੀਗਾ ਇੰਝ ਹੀ ਲੈ ਲਿਆ ਸੀ ਬਟ ਠੀਕ ਨਹੀਂ ਆਇਆ ਉਹ ਦੇਖਣ ਨੂੰ ਬਿਲਕੁਲ ਸਹੀ ਲੱਗਦਾ ਹੈ ਪਰ ਨਹੀਂ ਸਮ ਹਾਊ ਇਟ ਡਿਡਨਟ ਸਿਟ ਵੈਲ ਔਨ ਮਾਈ ਬੋਡੀ ਉਹ ਟੈਗਸ ਦੇ ਨਾਲ ਵਾਈ ਨੋਟ ਸੋ ਆਈ ਐਮ ਕੀਪਿੰਗ ਆਲ ਆਫ ਦੈਮ ਟੁਗੈਦਰ ਐਂਡ ਜਸਟ ਗਿਵਿੰਗ ਦੈਮ ਇੱਕ ਹੋਰ ਚੀਜ਼ ਖਾਸ ਤੌਰ 'ਤੇ ਮੇਰੇ ਨਾਲ ਆਉਂਦੀ ਹੈ ਇੱਕ ਸਾਡਾ ਜਿਵੇਂ ਜਿੱਥੇ ਦਿੰਦੇ ਹਾਂ ਅਸੀਂ ਇਟ ਇਜ਼ ਔਨ ਦ ਵੇ ਟੂ ਮਾਈ ਹਸਬੈਂਡਸ ਆਫਿਸ ਸੋ ਅਸੀਂ ਕਾਰ ਦੇ ਵਿੱਚ ਰੱਖ ਦਿੰਦੇ ਹਾਂ ਕਿ ਉੱਥੇ ਡਰੋਪ ਆਫ ਕਰ ਦੇਣਾ ਆਈ ਹੈਵ ਟੂ ਮੇਕ ਸ਼ਿਓਰ ਕਿ ਉਹ ਡਰੋਪ ਆਫ ਹੋਏ ਕਿਉਂਕਿ ਕਈ ਵਾਰੀ ਉਹ ਵਿਚਾਰਾ ਕਾਰ ਦੇ ਨਾਲ ਹੀ ਸਾਰਾ ਜਿਹੜੇ ਹੈ ਉਹ ਜਾਂਦੇ ਰਹਿੰਦੇ ਆ ਸੋ ਡੀਕਲਟਰਿੰਗ ਯੋਰ ਕਾਰ ਇਜ਼ ਆਲਸੋ ਵੈਰੀ ਇੰਪੋਰਟੈਂਟ ਕੁਛ ਵੀ ਛੋਟਾ ਛੋਟਾ ਜਿਹੜਾ ਸਮਾਨ ਅਸੀਂ ਰੱਖਦੇ ਹਾਂ ਜਾਂ ਫਿਰ ਕਾਰ 'ਚ ਇਸ ਪਿੱਛੇ ਰੱਖਦੇ ਹਾਂ ਕਿ ਉਹ ਜਾਣਾ ਹੈ ਕਿਤੇ ਦੇਣਾ ਹੈ ਕਿਤੇ ਯੂ ਨੋ ਉਹ ਵੀ ਨਹੀਂ ਨਿਕਲਿਆ ਹੁੰਦਾ ਸੋ ਦੈਟਸ ਵੈਰੀ ਇੰਪੋਰਟੈਂਟ ਸੋ ਇਹ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਜਿਹੜੀਆਂ ਅਸੀਂ ਯੂ ਨੋ ਇੱਕ ਸੀਜ਼ਨਲ ਹਮੇਸ਼ਾ ਕਰਦੇ ਹਾਂ ਐਂਡ ਮੈਨੂੰ ਲੱਗਦਾ ਕਿ ਇੱਕ ਅੱਛਾ ਤਰੀਕਾ ਇੱਕ ਸਾਰਿਆਂ ਨੂੰ ਯਾਦ ਕਰਾਉਣ ਦਾ ਕਿ ਡੀਕਲਟਰਿੰਗ ਮੇਕ ਸਪੇਸ ਫੋਰ ਯੂ ਭਾਵੇਂ ਤੁਸੀਂ ਐਂਡ ਬੜਾ ਸਿੰਪਲਸਟ ਤਰੀਕਾ ਜਿਹੜਾ ਹੈ ਕੁਛ ਬੈਗਸ ਬਣਾ ਲਓ ਕੁਛ ਬੋਕਸਿਸ ਬਣਾ ਲਓ ਜੋ ਵੀ ਤੁਸੀਂ ਕਬਰਡ ਕਰ ਰਹੇ ਹੋ ਕੋਈ ਕਮਰਾ ਕਰ ਰਹੇ ਹੋ ਇੱਕ ਕੀਪ ਵਾਲੀ ਚੀਜ਼ਾਂ ਕਰ ਲਓ ਇੱਕ ਯੂ ਨੋ ਕੈਨ ਗੋ ਜਿਵੇਂ ਕਈ ਵਾਰੀ ਕਈ ਚੀਜ਼ਾਂ ਨੂੰ ਨਾ ਭਾਵੇਂ ਨਹੀਂ ਇਸਤੇਮਾਲ ਕਰ ਰਹੇ ਪਰ ਉਹਨਾਂ ਨੂੰ ਦਿੰਦਿਆਂ ਥੋੜ੍ਹਾ ਮੇਰੇ ਵਾਕਣ ਕਿਸੇ ਹੋਰ ਦਾ ਵੀ ਦਿਲ ਘਟਦਾ ਹੋਏ ਕਿ ਨਹੀਂ ਯੂ ਨੋ ਕਦੀ ਕੰਮ ਆ ਜਾਏਗੀ ਕਦੀ ਹੋਏਗੀ ਉਹਦੇ ਵਿੱਚ ਰੱਖ ਦਿਓ ਮੇ ਬੀ ਦੇ ਵਿੱਚ ਐਂਡ ਦੈਨ ਕੋਈ ਚੀਜ਼ ਕਿ ਉਹ ਵੋਨ ਆਊਟ ਹੋ ਗਈ ਹੈ ਔਰ ਮਜ਼ਾ ਵੀ ਬੜਾ ਆਉਂਦਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਵੋਨ ਆਊਟ ਹੋਈਆਂ ਤੁਸੀਂ ਪਾਈਆਂ ਵੀ ਅੱਛੀਆਂ ਐਂਡ ਹੁਣ ਉਹ ਦੇ ਸ਼ੁੱਡ ਗੋ ਸੋ ਉਹਨੂੰ ਟਰੈਸ਼ ਵਿੱਚ ਪਾ ਦਿਓ ਐਂਡ ਕਈ ਚੀਜ਼ਾਂ ਜਿਹੜੀਆਂ ਕਿ ਅੱਛੀਆਂ ਹੈਗੀਆਂ ਬਹੁਤ ਅੱਛੀਆਂ ਪਰ ਸਮ ਹਾਓ ਤੁਸੀਂ ਪਾ ਹੀ ਨਹੀਂ ਰਹੇ ਉਹਨਾਂ ਨੂੰ ਕਿਉਂ ਨਹੀਂ ਪਾ ਰਹੇ ਕਈ ਵਾਰੀ ਰੀਜ਼ਨਸ ਵੀ ਨਹੀਂ ਹੁੰਦੇ ਬਟ ਪੈ ਨਹੀਂ ਰਹੀਆਂ ਇਸਤੇਮਾਲ ਨਹੀਂ ਹੋ ਰਹੀਆਂ ਸੋ ਦੇ ਕੈਨ ਗੋ ਇਨ ਕਿ ਕਿਸੇ ਹੋਰ ਦੇ ਕੰਮ ਆ ਜਾਣਗੀਆਂ ਸੋ ਡਿਫਰੈਂਟ ਡਿਫਰੈਂਟ ਬਿਨਸ ਬਣਾ ਕੇ ਬੜਾ ਈਜ਼ੀ ਹੋ ਜਾਂਦਾ ਹੈ ਕਿ ਸਾਰਾ ਕੁਛ ਵਿੱਚ ਪਾ ਕੇ ਤੁਸੀਂ ਉਹਨੂੰ ਗੈਟ ਰਿਡ ਆਫ ਸਾਰੇ ਫਿਰ ਬੋਕਸਿਸ ਜਿਹੜੇ ਹੈ ਉਹ ਆਪਣੀ ਆਪਣੀ ਜਗ੍ਹਾ 'ਤੇ ਚਲੇ ਜਾਣ ਸੋ ਇਹ ਤਾਂ ਅਸੀਂ ਡੀਕਲਟਰਿੰਗ ਦੀ ਗੱਲ ਕੀਤੀ ਮੈਂ ਅਗਲੀਆਂ ਕੁਛ ਗੱਲਾਂ ਜ਼ਰੂਰ ਸ਼ੇਅਰ ਕਰਦਾ ਕਿ ਕੱਲ੍ਹ ਸਾਡੇ ਕੋਲ ਡਿਸਟ੍ਰਿਕਟ 23 ਦੀ ਇੱਕ ਯੰਗੈਸਟ ਯੂ ਨੋ ਸਿਟੀ ਕਾਊਂਸਲ ਵਾਸਤੇ ਜਿਹੜੀ ਕੈਂਡੀਡੇਟ ਹੈਗੀ ਹੈ ਜਸਲਨ ਕੌਰ ਉਹ ਆ ਰਹੀ ਹੈ ਐਂਡ ਜਜ਼ਬਾ ਦੇਖ ਕੇ ਮੈਨੂੰ ਇੰਨਾ ਅੱਛਾ ਲੱਗ ਰਿਹਾ ਹੈ ਕਿ ਇੱਕ ਟੀਮ ਜਸਲਿਨ ਜਿਹਨੂੰ ਮੈਂ ਬੁਲਾ ਰਹੀ ਹਾਂ ਟੀਮ ਜਸਲਿਨ ਕਿ ਯੰਗਸਟਰਸ ਬੋਇਜ਼ ਐਂਡ ਗਰਲ ਸਾਰੇ ਉਹਦੇ ਪਿੱਛੇ ਖੜੇ ਹੈ ਕਿ ਉਹਨੂੰ ਜਿਤਾਉਣਾ ਕਿਉਂਕਿ ਦੇ ਵਾਂਟ ਕਿ ਯੰਗਸਟਰਸ ਦੀ ਆਵਾਜ਼ ਪੋਲੀਟਿਕਸ ਦੇ ਵਿੱਚ ਹੋਏ ਸੋ ਇੱਕ ਇਹ ਜਿਹੜਾ ਟ੍ਰਾਂਸਫੋਰਮੇਸ਼ਨ ਆ ਰਹੀ ਹੈ ਸੋਸਾਇਟੀ ਦੇ ਵਿੱਚ ਇਹ ਬੜੀ ਹੀ ਮੈਨੂੰ ਲੱਗਦਾ ਹੈ ਕਿ ਵੈਲਕਮਿੰਗ ਹੈ ਕਿਉਂਕਿ ਬੱਚੇ ਇਸ ਚੀਜ਼ ਨੂੰ ਇਸ ਚੀਜ਼ ਦਾ ਅਹਿਸਾਸ ਕਰ ਰਹੇ ਨੇ ਕਿ ਉਹ ਸੋਚਦੇ ਰਹਿੰਦੇ ਨੇ ਘਰ ਦੇ ਵਿੱਚ ਡਿਸਕਸ਼ਨ ਕਰਦੇ ਨੇ ਆਪਸ ਵਿੱਚ ਡਿਸਕਸ਼ਨ ਕਰਦੇ ਨੇ ਇੰਝ ਹੋਣਾ ਚਾਹੀਦਾ ਇੰਝ ਨਹੀਂ ਹੋਣਾ ਚਾਹੀਦਾ ਬਟ ਨਾਓ ਦੇ ਆਰ ਰੈਡੀ ਕਿ ਉਹ ਚੇਂਜ ਖੁਦ ਲੈ ਕੇ ਆਉਣ ਸੋ ਡੂ ਨੋਟ ਮਿਸ
ਅਸੀਂ ਕੱਲ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਐਂਡ ਉਹਨਾਂ ਦੀ ਜਰਨੀ ਮੈਂ ਸਮਝਣ ਦੀ ਕੋਸ਼ਿਸ਼ ਵੀ ਕਰ ਰਹੀ ਹਾਂ ਔਰ ਐਜ਼ ਅ ਪੇਰੈਂਟ ਆਲਸੋ ਕਿ ਅਸੀਂ ਬੜੀ ਵਾਰੀ ਕਹਿੰਦੇ ਹਾਂ ਕਿ ਨਹੀਂ ਨਹੀਂ ਰਹਿਣ ਦਿਉ, ਤੁਸੀਂ ਹਾਲੇ ਹੋਰ ਪੜ੍ਹੋ, ਹਾਲੇ ਤੁਸੀਂ ਛੋਟੇ ਹੋ। ਸੋ ਸ਼ੀ ਇਜ਼ ਦਾ ਯੰਗੈਸਟ ਐਂਡ ਸ਼ੀ ਇਜ਼ ਦਾ ਯੂ ਨੋ ਫਸਟ ਵੁਮੈਨ ਹੂ ਸਟੈਂਡਿੰਗ ਫੋਰ ਸਿਟੀ ਕਾਉਂਸਲ ਇਨ ਕੁਈਨਸ ਡਿਸਟ੍ਰਿਕਟ 23। ਉਹ ਲੈ ਕੇ ਆਵਾਂਗੇ ਐਂਡ ਅਗਲੇ ਹਫਤੇ ਮੰਡੇ ਨੂੰ ਅਸੀਂ ਕੋਵਿਡ ਦੇ ਟਾਈਮ 'ਤੇ ਇੱਕ ਬੜੀ ਇੰਪੋਰਟੈਂਟ ਔਰ ਬੜੀ ਜ਼ਰੂਰੀ ਚੀਜ਼ਾਂ ਜੋ ਹੋਈਆਂ, ਵਿਆਹ ਹੋਏ ਹੈ। ਬੜੇ ਸਾਰੇ ਪੇਰੈਂਟਸ ਬੜਿਆਂ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ ਕਈ ਬੱਚਿਆਂ ਦੇ ਵਿਆਹ ਪਲੈਨ ਸੀਗੇ ਔਰ ਉਹਨਾਂ ਨੂੰ ਡਿਫਰੈਂਟ ਸਟਾਈਲ ਨਾਲ ਕਰਨੇ ਪਏ। ਕਈ ਹਾਲੇ ਵੀ ਵੇਟ ਕਰ ਰਹੇ ਹਨ ਕਿ ਨਹੀਂ ਅਸੀਂ ਬਿਗ ਤਰੀਕੇ ਨਾਲ ਕਰਨਾ ਹੈ, ਹਾਲੇ ਉਹ ਟਾਈਮ ਨਹੀਂ ਆਇਆ ਅਤੇ ਅਸੀਂ ਵੇਟ ਕਰਕੇ ਵਿਆਹ ਕਰਾਂਗੇ। ਔਰ ਬੱਚੇ ਕਾਫੀ ਫਰਸਟ੍ਰੇਟ ਵੀ ਹੋ ਰਹੇ ਉਹਦੇ 'ਚ ਵੇਟਿੰਗ ਦੇ ਵਿੱਚ ਕਿ ਯੂ ਨੋ, ਐਂਡ ਕਈਆਂ ਨੇ ਯੂ ਨੋ ਵਿਆਹ ਉਹਦੇ ਤੋਂ ਪਹਿਲੇ ਵੀ ਕੀਤਾ ਸੀ, ਕੋਵਿਡ ਟਾਈਮ ਤੋਂ ਪਹਿਲੇ ਵੀ ਕੀਤਾ, ਕੋਵਿਡ ਦੇ ਟਾਈਮ ਵੀ ਕੀਤਾ। ਸੋ ਬੜੇ ਸਾਰੇ ਵਿਚਾਰ ਜਿਹੜੇ ਅਸੀਂ ਕੱਲ੍ਹ ਅਗਲੇ ਮੰਡੇ ਲਵਾਂਗੇ। ਆਪਣੇ ਵਿਊਅਰਸ ਹੀ ਹੈ ਜਿਹੜੇ ਸਾਨੂੰ ਜੁਆਇਨ ਵੀ ਕਰਨਗੇ ਯੂ ਨੋ ਸਕਾਈਪ ਦੇ ਰਾਹੀਂ, ਵੀਡੀਓ ਕਾਲਿੰਗ ਦੇ ਰਾਹੀਂ, ਐਂਡ ਤੁਸੀਂ ਵੀ ਆਪਣਾ ਜ਼ਰੂਰ ਇਸ ਚੀਜ਼ ਬਾਰੇ ਕਰ ਸਕਦੇ ਹੋ, ਕਿਉਂਕਿ ਬੜਿਆਂ ਨੇ ਇਸ ਚੀਜ਼ 'ਚੋਂ ਨਿਕਲੇ ਹੈ ਕਿ ਜਿਨ੍ਹਾਂ ਨੇ ਵਿਆਹ ਕਰਨੇ ਹੈ ਔਰ ਕੀਤੇ ਵੀ ਹੈ ਜਾਂ ਕੋਈ ਵੇਟ ਕਰ ਰਹੇ ਹੈ। ਸੋ ਬੜੀਆਂ ਸਾਰੀਆਂ ਚੀਜ਼ਾਂ ਅਗਲੇ ਸ਼ੋਜ਼ ਦੇ ਵਿੱਚ ਆ ਰਹੀਆਂ, ਡੂ ਨੋਟ ਮਿਸ ਐਂਡ ਪਲੀਜ਼ ਜ਼ਰੂਰ ਕਾਲ ਕਰਿਆ ਕਰੋ ਤਾਂ ਕਿ ਮੈਨੂੰ ਲੱਗੇ ਕਿ ਕੋਈ ਸੁਣ ਰਿਹਾ, ਦੇਖ ਰਿਹਾ, ਸਪੋਰਟ ਕਰ ਰਿਹਾ। ਐਂਡ ਵੀ ਹੈਵ ਵੈਰੀ ਵੈਰੀ ਇੰਟਰਸਟਿੰਗ ਥਿੰਗਸ ਕਮਿੰਗ ਅਪ ਇਨ ਦਾ ਯੂ ਨੋ ਫੋਲੋਇੰਗ ਸ਼ੋਜ਼। ਮੈਂ ਹੁਣ ਹੋਰ ਲਿਸਟ ਤੁਹਾਨੂੰ ਹਾਲੇ ਨਾ ਦੱਸਾਂ, ਫਿਰ ਭੁੱਲ ਜਾਓਗੇ ਤੁਸੀਂ। ਸੋ ਡੀ ਕਲਟਰਿੰਗ, ਡੀ ਜੰਕ, ਸਟਰੇਟਨ ਅਪ, ਮੂਵ ਯੋਰ ਫਰਨੀਚਰ, ਮੂਵ ਦਾ ਥੋਟਸ ਇਨ ਯੋਰ ਮਾਇੰਡ। ਐਂਡ ਥੋਟਸ ਵਾਸਤੇ ਜ਼ਰੂਰੀ ਆਈ ਥਿੰਕ 2 ਮਿੰਟ ਤੋਂ ਸ਼ੁਰੂ। ਇਫ ਯੂ ਆਰ ਅ ਮੈਡੀਟੇਟਰ ਵੈਰੀ ਗੁੱਡ, ਕੰਗਰੈਚੁਲੇਸ਼ਨਸ। ਅਗਰ ਨਹੀਂ ਹੋ ਤਾਂ 2 ਮਿੰਟ ਦੀ ਮੈਡੀਟੇਸ਼ਨ ਤੋਂ ਜ਼ਰੂਰ ਸ਼ੁਰੂ ਕਰੋ, ਕਿਉਂਕਿ ਮਨ ਸ਼ਾਂਤ ਹੁੰਦਾ ਹੈ ਅਤੇ ਆਪਣੀ ਸਪੇਸ ਕਰਨ 'ਤੇ ਯੂ ਨੋ ਕਲੀਅਰ ਕਰਨ 'ਤੇ ਦਿਲ ਵੀ ਕਰਦਾ ਹੈ। ਆਈ ਥਿੰਕ ਜ਼ਰੂਰ ਇਹ ਸਾਰੇ ਸਭ ਕਰ ਰਹੇ ਹੋਣੇ ਆ। ਮੈਨੂੰ ਤੁਸੀਂ ਲਿਖ ਸਕਦੇ ਹੋ arvind@justbroadcasting.com 'ਤੇ ਕੀ ਹੋ ਰਿਹਾ, ਕੋਈ ਹੋਰ ਟਿਪਸ ਦੇਣੇ ਹਨ ਤੁਸੀਂ ਜ਼ਰੂਰ ਲਿਖ ਸਕਦੇ ਹੋ ਫੇਸਬੁੱਕ ਪੇਜ ਦੇ ਉੱਤੇ ਵੀ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।